ਹੈਲੋ ਐਂਡ ਵੈਲਕਮ ਟੂ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖੁਦ ਨਵੇਂ ਵਲੌਗ ਦੇ ਵਿੱਚ ਮੈਂ ਤਾਂ ਹਜੇ ਉੱਠਿਆ ਹੀ ਨਹੀਂ ਸੀ ਹਿੰਮਤ ਹੀ ਨਹੀਂ ਮਾਰੀ ਸੀ ਰਜਾਈ ਚੋਂ ਆਏ ਹਾਏ ਠੀਕ ਹੈ ਵਧੀਆ ਵਧੀਆ ਤੂੰ ਸੁਣਾ ਹੋਰ ਫਿਰ ਵਿਸ਼ਾਲ ਕਿਵੇਂ ਲੱਗਿਆ ਕੱਲ ਵਾਲਾ ਵਲੌਗ ਵੇਖ ਕੇ ਆਇਆ ਨਾ ਘੈਂਟ ਸੀ ਪੂਰਾ ਯਾਰ ਮੈਂ ਨਜ਼ਾਰੇ ਪੂਰੇ ਤੇ ਅੱਜ ਫੇਰ ਡਾਵਾਂਗੇ ਯਾਰ ਵਲੌਗ ਪਾਵਾਂਗੇ ਤੇ ਜਿਹੜਾ ਆਹ ਤੇ ਥੱਲੇ ਪਈ ਉਹ ਚੈਰੀ ਨੇ ਡੋਰ ਡਾਰ ਜੀ ਖਲਾਰਤੀ ਆਹ ਆਪਾਂ ਜਿਹੜਾ ਵੱਡਿਆ ਸੀ ਉਹ ਵੀ ਲਿਆਂਦਾ ਪਿਆ ਵਾ ਹਾਂ ਇਹ ਕੱਲ ਵਾਲਾ ਜਿਹੜਾ ਆਪਾਂ ਕੱਟਿਆ ਸੀ ਅੱਜ ਇਹਦੇ ਨਾਲ ਵੱਢਾਂਗੇ ਆਪਾਂ ਅੱਜ ਆਪਾਂ ਸਾਰੇ ਪਾਵਾਂਗੇ ਚਾਹੇ ਤੇ ਅੱਜ ਆਪਾਂ ਹੋਰ ਵੀ ਲੈ ਕੇ ਆਉਂਦੇ ਆ ਮਿੱਤਰੋ ਹਾਂ ਚੱਲਦੇ ਆ ਮੈਂ ਨਾਲ ਆ ਹਨਾ ਨਾਲ ਧੁੱਪ ਤਾਂ ਹੀ ਨਿਕਲੀ ਹਜੇ ਹਜੇ ਚੜ੍ਹਨੇ ਤਾਂ ਨਹੀਂ ਬਸ ਠੀਕ ਆ ਜਦੋਂ ਪਤੰਗ ਤੁੰਗ ਲੈ ਕੇ ਆਉਣਾ ਧੁੱਪ ਨਿਕਲਿਆ ਫਿਰ ਹੋਰ ਕਿਤੇ ਧੁੱਪ ਹੀ ਨਾ ਨਿਕਲੇ ਵੈਦਰ ਚੈੱਕ ਕਰੋ ਪੂਰਾ ਪ੍ਰੋਫੈਸ਼ਨਲ ਕਾਈਟਰ ਆ ਇਹ ਅੱਜ ਦਾ ਕਹਿੰਦਾ ਉਹ ਬੋਲਦਾ ਤਜਰਬਾ ਰਾਤ ਨੀਂਦ ਨੀ ਆਈ ਇਹਨੂੰ ਕਹਿੰਦਾ ਮੇਰਾ ਪਤੰਗ ਕੱਟਾ ਗਿਆ ਲੈ ਸੱਚੀ ਨਹੀਂ ਨਹੀਂ ਆ ਗਈ ਯਾਰ ਸੁਪਨੇ ਤਾਂ ਨਹੀਂ ਡਾਏ ਪਤੰਗ ਨਹੀਂ ਬਾਲਾ ਫੁਰਾ ਲੱਗਿਆ ਮਿੱਤਰੋ ਕੱਲ ਤਾਂ ਮੈਂ ਕਹਿੰਦਾ ਨਜ਼ਾਰਾ ਆ ਗਿਆ 14 ਮਿੰਟਾਂ ਦਾ ਵਲੌਗ ਬਣਾਤਾ ਆਪਾਂ ਸਹੀ ਆ ਸਹੀ ਆ ਅੱਜ ਪਜਾਮਾ ਦਾ ਬਣਾਵਾਂਗੇ ਜੇ ਵਧੀਆ ਚੱਲੇਗਾ ਫੋਨ ਦੀ ਸਟੋਰੇਜ ਭਰ ਜਾਣੀ ਹੈ ਰਾਤ ਮੈਨੂੰ ਪਤਾ ਜੂ ਜਾਂ ਟਿਊਬ ਡਿਲੀਟ ਕਰਕੇ ਆ ਸੇਵ ਹੋਇਆ ਕੋਈ ਨਹੀਂ ਕੋਈ ਨਹੀਂ ਪੱਠਿਆ ਮੈਨੂੰ ਵੀ ਸਿਖਾ ਦੇ ਕੋਹ ਪੜੀਆ ਸੈਕਲੀ ਹਾਂ ਮਿੱਤਰੋ ਕਈ ਬਾਈ ਪੁੱਛਦੇ ਸੀਗੇ ਕਿ ਤੁਸੀਂ ਚੈਰੀ ਨੂੰ ਕੀ ਪਾਉਂਦੇ ਖਾਣ ਨੂੰ ਬਾਈ ਇਹਨੂੰ ਦਹੀਂ ਤੇ ਸਮਾਰਟ ਹਾਰਟ ਦਾ ਸਟਾਰਟਰ ਸਮਾਰਟ ਹਾਰਟ ਦਾ ਸਟਾਰਟਰ ਤੇ ਉਹ ਵੱਡੀ ਪੈਕਿੰਗ ਲੈ ਕੇ ਆਇਆ ਸੀ ਜਿਹੜਾ ਵੱਡਾ ਸਾਰਾ ਪੈਟ ਕੇ ਜਾਂਦਾ 400-500 ਵਾਲਾ ਉਹ ਉਨਾ ਟਾਈਮ ਖਵਾਵਾਂਗੇ ਉਦੋਂ ਬਾਅਦ ਇਹਨੂੰ ਰੋਟੀ ਖਵਾਇਆ ਕਰਾਂਗੇ ਠੀਕ ਹੈ ਸੋ ਰੋਟੀ ਵਰਗੀ ਕੋਈ ਚੀਜ਼ ਨਹੀਂ ਗੀ ਅਤੇ ਕਿਹੜਾ ਇਹਦਾ ਬਸ ਉਨੇ ਹਜੇ ਅੱਧੀ ਪਈ ਆ ਮਤਲਬ 15 ਦਿਨ ਲੰਘ ਗਏ 15-20 ਦਿਨ ਹੋਰ ਲੰਘਣਗੇ ਠੀਕ ਆ ਇਹਦੀ ਫਸਟ ਵੈਕਸੀਨੇਸ਼ਨ ਵੀ ਹੋਜੂਗੀ ਤਾਂ ਵੀ ਖਾਂਦੀ ਰਹੂਗੀ ਉਸ ਤੋਂ ਬਾਅਦ ਇਹਦਾ ਹੌਲੀ ਹੌਲੀ ਕਰਕੇ ਚੇਂਜ ਕਰ ਦਾਂਗੇ ਥੋੜ੍ਹੀ ਥੋੜ੍ਹੀ ਰੋਟੀ ਖਵਾਉਣ ਲੱਗ ਜਾਂਗੇ ਵੈਸੇ ਵੀ ਇਹ ਭੁੱਖੀ ਹਲਕੀ ਰਹਿੰਦੀ ਆ ਖਾਣ ਨੂੰ ਠੀਕ ਆ ਲੋ ਵੀ ਮਿੱਤਰੋ ਫੋਨ ਸੈੱਟ ਲਿਆ ਸੀ ਹੈ ਚੱਲੀਏ ਚੱਲੀਏ ਚੱਲ ਧੁੰਦ ਜੀ ਚੜਾ ਦੇਣੇ ਆਪਾਂ ਮਿੱਤਰਾ ਆ ਗਏ ਪਤੰਗ ਪਤੰਗ ਲੈਣ ਆਲਾ ਤੋੜਿਆ ਸੀ ਨਾ ਤੂੰ ਇਹੀ ਲੈਣਾ ਬਸ ਠੀਕ ਆ ਕਰ ਲਾ ਪਸੰਦ ਜਿਹੜੇ ਲੈਣੇ ਆ ਚਿੱਟਾ ਪਤੰਗ ਚਿੱਟਾ ਲੈਣਾ ਸੀ ਪਲੇਨ ਹੋਊਗਾ ਬਈ ਯਾਰ ਲੱਗਾ ਉੱਤੇ ਕੁਛ ਬਈ ਮਾੜਾ ਮੋਟਾ ਹੋਊਗਾ ਕਿੰਨੇ ਦਾ ਬਈ ਇਹ ਪਤੰਗ ਇਹ 150 ਦਾ ਹੈ ਉੱਡ ਖੜੂਗਾ ਇਹ ਤੋਂ ਏਡਾ ਵੱਡਾ ਪਤੰਗ ਲੈ ਤਾਂ ਲਿਆ ਹੁਣ ਤੂੰ ਤੇ ਤੇਰੇ ਨਾਲੋਂ ਵੱਡਾ ਇਹ ਪੂਰਾ ਪੱਕੀ ਗੱਲ ਆ ਨਾਲ ਨਾ ਉੱਡ ਜੀ ਬਸ ਸਹੀ ਆ ਖਰੀਦ ਲੈ ਸਾਰੇ ਲੋਹੜੀ ਨੂੰ ਤੈਨੂੰ ਦਵਾ ਕੇ ਦਊਂਗਾ ਵਾਧੂ ਬਸ ਠੀਕ ਆ ਪਤੰਗ ਆਪਾਂ ਬਹੁਤ ਲੈ ਲਏ ਹੁਣ ਹਨਾ ਅੱਜ ਤੱਕ ਉਹ ਆਪਦੇ ਨਾਲੋਂ ਵੱਡਾ ਪਤੰਗ ਹੀ ਲੈ ਲਿਆ ਇਹਨੇ ਬਸ ਮੈਂ ਕਹਿੰਦਾ ਇਹ ਆਪਾਂ ਰਾਹ 'ਚ ਹੀ ਨਾ ਜਾਂਦੇ ਪਾੜ ਜੀ ਮੋਟਰਸਾਈਕਲ ਤੇ ਬਸ ਠੀਕ ਇਹਦੇ ਨਾਲੋਂ ਵੱਡਾ ਪਤੰਗ ਆ ਇਹ ਨਾਲ ਨਾ ਉੱਡ ਜੀ ਨਾਲ ਉੱਡੂ ਕਿਹੜਾ ਇਹ ਨਾਲ ਉੱਡ ਜਾਂਦਾ ਅੱਜ ਇਹਨੂੰ ਸੇਫਟੀ ਵਾਲਾ ਸਮਾਨ ਵੀ ਲਿਆਤਾ ਮੁੰਡੇ ਨੂੰ ਹੁਣ ਕਹਿੰਦੇ ਮੁੰਡਾ ਤੂੰ ਸਾਰੀਆਂ ਜੇਬ 'ਚ ਪਾਉਣੀਆਂ ਉਂਗਲਾਂ ਤੇਰੀਆਂ 5 ਆਏ ਗਲੇ ਦੇ ਹੱਥ ਵਾਲਿਆ ਬਈ ਦੋਨਾਂ ਤੇ ਨਹੀਂ ਚੜਾਉਣੀਆਂ ਇਹਦਾ ਹੀ 15 ਵਾ ਉਂਗਲਾਂ ਹੀ ਮੈਂ ਮਿੰਟੋ ਮਿੰਟ ਹੀ ਵੱਡੀਆਂ ਚੜਾ ਲਾ ਕੋਈ ਨਾ ਚੜਾ ਲਾ ਇੱਥੇ ਬਣਾਉਂਦੇ ਆ ਗਾਇਸ YouTube ਵਾਲਾ ਲੋਗੋ ਤੇ ਲਿਖਦੇ ਹੈਪੀ ਗੋਲਡ ਸਮਿਥ ਹਨਾ ਠੀਕ ਆ ਹਾਂ ਸਹੀ ਆ ਪੂਰੀ ਗੱਲਬਾਤ ਆ ਮਿੱਤਰੋ ਜਾਲੀ ਜਾਲੀ ਜਾਂ ਬਣ ਗਿਆ ਸਾਡਾ ਲੋਗੋ ਜਾਲੀ ਨਹੀਂ ਬਈ ਪੂਰਾ ਸਹੀ ਆ ਕਿਹਨੂੰ ਪਤਾ ਹੀ ਨਹੀਂ ਲੱਗਣਾ ਐ ਲੱਗੀ ਪ੍ਰਿੰਟ ਅਸੀਂ ਕਢਾਇਆ ਸੀ ਵਾਹ ਬਈ ਵਾਹ ਸਪੈਸ਼ਲੀ ਆਰਡਰ ਤੇ ਬਣਵਾਇਆ ਸੀ ਹਾਂ ਆਰਡਰ ਤੇ ਵਾਹ ਠੀਕ ਤੋ ਵੀ ਮਿੱਤਰੋ ਲਿਖਤਾ ਉਧਰ ਤਾਂ ਇੱਧਰ ਸਾਡਾ ਥੋੜਾ ਜਿਹਾ ਜਾਲੀ ਬਣਾ ਸਾਡਾ ਸ਼ੋ ਹੋ ਗਿਆ ਮੈਂ ਆਟੋਗ੍ਰਾਫ ਦੇ ਦਾਂ ਬਈ ਇਸ ਤੇ ਦੇ ਬਈ ਬਹੁਤ ਵਧੀਆ ਇਹਨੂੰ ਅੱਗ ਲੱਗੀ ਆ ਕਿ ਛੇਤੀ ਜਾ ਕੇ ਹਜੇ ਤਾਂ ਰੋਟੀ ਰੋਟੀ ਖਾ ਕੇ ਘੰਟੇ ਤੱਕ ਚੜਾਉਂਦੇ ਆਪਾਂ ਖਾਲਾ ਖਾਲਾ ਚੱਲ ਮੱਚੀ ਬਈ ਆ ਆ ਦੇ ਹੈ ਉਹਨਾਂ ਟਾਈਮ ਚੜਾ ਲੂ ਇਹ
ਚੱਲ ਜਾਂਦਾ ਨਾਲ ਉੱਡ ਗਿਆ ਫੜਨਾ ਤਾਂ ਪਊਗਾ ਹੀ ਏਡੇ ਪਤੰਗ ਦੇ ਨਾਲ ਕੱਲੇ ਹੀ ਆ ਅੱਜ ਆਪਾਂ ਕੋਈ ਚੜਾਉਂਦਾ ਤਾਂ ਨੀ ਉਹ ਟੱਕਰਾਂ ਮਾਰੀ ਜਾਂਦਾ ਕੋਈ ਕੋਠੇ ਤੇ ਉਧਰ ਅੱਜ ਉਹਨਾਂ ਨੂੰ ਵਧਾਉਣੀ ਪੈਣੀ ਆਪਣੇ ਨਾਲ ਪੇਚਾ ਲਾਉਣ ਨੂੰ ਜੇ ਹਵਾ ਨੂੰ ਰਹੀਦਾ ਹਨਾ ਆਪਾਂ ਇੱਥੇ ਫੜਦਾ ਕਰਨੀ ਟੂਰ ਕੋਈ ਚੱਕਰ ਨੀ ਆਪਣੀ ਆ ਸਾਰੇ ਚੱਕ ਕੇ ਆਪਾਂ ਇੱਕ ਪਾਸੇ ਕਰੀਏ ਹੁਣ ਕੀ ਕਰਨ ਲੱਗਿਆ ਫੋਟੋ ਖਿੱਚਣੀ ਆ ਬਸ ਸਹੀ ਆ ਪੈ 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 ਜਾ ਇੱਥੇ ਹਾਂ ਨਹੀਂ ਹੁੰਦਾ ਬੱਲੇ 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 ਉਹ ਬਚਾ ਕੇ ਭੱਜਦਾ ਪਿਆ ਭੱਜਦਾ ਪਿਆ ਉਹ ਵਿਚਾਰਾ ਹਨਾ ਦਹਿਸ਼ਤ ਵਾਲੀ ਪਤੰਗ ਗਿੱਲਾ ਹੋ ਗਿਆ ਲੱਗਦਾ ਏ ਹਨਾ ਅੱਛਾ ਉਹ ਵਾਲਾ ਕਿ ਤੂੰ ਲਿਆ ਵਢਾਉਣ ਵਾਲੀ ਆਪਣਾ ਆਪਣੀ ਗਈ ਆਪਣੀ ਗਈ ਵੇਖੀ ਕੱਟੇ ਜੋ ਖਿੱਚ ਦਿੰਦਾ ਸੀਗਾ ਏ ਜਾ ਯਾਰ ਉਹ ਵੇਖ ਅਗਲਾ ਚੀਕਾ ਮਾਰੀ ਜਾਂਦਾ ਉਹ ਵੇਖ ਓਵੇ ਹਾਏ ਓਏ ਦਿਨ ਦੀ ਬੋਣੀ ਕਰਾ ਲਈ ਅੱਜ ਤਾਂ ਤੂੰ ਕੰਮ ਖਰਾਬ ਹੋ ਗਿਆ ਉਹ ਸ਼ਿਟ ਨਹੀਂ ਆਪਾਂ ਚਾਹ ਦੇਣੀ ਇਹਨੇ ਪਤੰਗ ਵੜਾਤਾ ਇੱਕ ਜਾ ਕੇ ਪਤੰਗ ਚੱਕ ਕੇ ਲੈ ਕੇ ਆ ਕਿੱਥੇ ਗਿਆ ਹਾਂਜੀ ਵੜਾ ਲਿਆ ਉਹ 2000 ਰੁਪਈਆਂ ਵਾਲੇ ਤੋਂ 20000 ਰੁਪਈਆਂ ਵਾਲਾ ਵੜਾ ਲਾ ਖਲਾਰਾ ਪਿਆ ਵਾ ਉਹਦੇ ਨਾਲ ਹੀ ਪੇਚਾ ਲਾਉਣ ਲੱਗੇ ਆ ਹਨਾ ਗੁੰਜਲ ਕੜਾ ਗੁੰਜਲ 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 ਕੱਢੋ ਇੱਧਰ ਕਹਿੰਦੇ ਪੇਚਾ ਪਾਲਾ ਪੇਚਾ ਮੁੰਡੇ ਕੱਚੀ ਦੇ ਨਾਲ ਹੀ ਮੈਂ ਚੱਕ ਦੇਣਾ ਕੰਮ ਮੈਂ ਵੀ ਉਂਗਲ ਜੀ ਤੇ ਚੜਾ ਲਿਆ ਕੰਮ ਆਪਾਂ ਵੀ ਕਰਦੇ ਹਾਂ ਹੋਰ ਹੀ ਫੀਲਿੰਗ ਜੀ ਹੁੰਦੀ ਆ ਚੱਲ ਚੱਲ ਜਾਣ ਦੇ ਲਾ ਦੇ ਘੁਮਾ ਕੇ ਮੈਂ ਕਹਿੰਦਾ ਸਰਾ ਹੋ ਜੇ ਖਿੱਚੂਗਾ ਪੈ ਗਿਆ ਪੇਚਾ ਏ ਪੇਚਾ ਤਾਂ ਪਿਆ ਵਾ ਨਾ ਏ ਪੇਚਾ ਤਾਂ ਆ ਗਿਆ ਏ ਮੈਂ ਤਾਂ ਕਹਿੰਦਾ ਡੋਰ ਜੀ ਫੜ ਲਗੇ ਹੋਏ ਆਪਣੀ ਤੂੰ ਅੱਜ ਦੂਜਾ ਬਣਾਤਾ ਯਾਰ ਦੂਜਾ ਬਣਾਤਾ ਮੈਂ ਤੁਹਾਨੂੰ ਕਿਹਾ ਵਾ ਦੂਜੇ ਗੱਟੂ ਨਾ ਡਾਓ ਕੱਚੀ ਡੋਰ ਨਾ ਡਾਈ ਜਾਂਦੇ ਤਾਂ ਕੰਮ ਖਰਾਬ ਹੋ ਜਾਂਦਾ ਕਿਆ ਗਾਤਾ ਯਾਰ ਐਕਸਪ੍ਰੈਸ਼ਨ ਦੇਖੋ ਪਹੁੰਚ ਗਿਆ ਉਹ 20-20 ਵਾਲੇ ਅਸੀਂ ਵੜਾ ਦੋ ਦਿੱਤੇ ਆ ਵੱਡਿਆ ਸੀ ਇੱਕ ਨੀ 55 ਵਾਲੇ ਨਾਲ ਹੁਣ ਹੁਣ ਢਿੱਲ ਢੁੱਲ ਦੇ ਲਈ ਐਵੇਂ ਵੱਡਾ ਉਸਤਾਦ ਨਾ ਪਰ ਪੰਪ ਚ ਆਈ ਜਾਂਦਾ ਹੁਣ ਲੱਥੇ ਵੀ ਪੈਣਗੇ ਤੈਨੂੰ 2 ਦਿਨ ਸਲਾਹ ਕੀ ਦਿੱਤਾ ਹੁਣ ਤੂੰ ਪੰਪ ਚ ਆ ਗਿਆ ਮੈਂ ਕਿ ਮੈਂ ਹੀ ਆ ਹੋਰ ਕੋਈ ਹੈ ਹੀ ਨਹੀਂ ਮੈਨੂੰ ਫੜਾ ਕੋ ਡਾਰੇ ਲੈ ਮੈਂ ਵੱਢ ਕੇ ਵਿਖਾਵਾਂ ਤੂੰ ਤਾਂ ਉਹੀ ਤੋੜ ਦੇਣਾ ਤੈਨੂੰ ਯਕੀਨ ਨਹੀਂ ਮੇਰੇ ਤੇ ਓਏ ਤਾਂ ਕੱਟਾ ਜਾਂਦਾ ਨਾ ਘੱਟ ਵਧਾ ਕੇ ਪਾਉਂਦਾ ਪਹਿਲਾਂ ਤੰਗ ਤਾਂ ਡੋਰ ਤਾਂ ਵਧਾਲਾ ਉਹੀ ਤਾਂ ਗੱਲ ਅਗਲਾ ਕਿੱਥੇ ਫਿਰਦਾ ਹੁਣ ਹੁਣੇ ਹੀ ਨਾ ਪਾਲੀ ਫਿਰ ਖੇਤ 'ਚ ਵੀ ਭੱਜਣਾ ਪਊਗਾ ਕਿ ਉਹ ਪਏ 2 ਗਏ ਖੇਤਾਂ 'ਚ ਪੰਪ ਚ ਨਾ ਵੀਡੀਓ ਪਾਉਣੀ ਵੀ ਨੀ ਪਾਵਾਂਗੇ ਵੀ ਤੇ ਪਾਵਾਂਗੇ ਵੀ ਬੇਇੱਜ਼ਤੀ ਵਾਲੀ ਫਿਰ ਤੂੰ ਕਹੇਗਾ ਆਓ ਵੇ ਆਓ ਵੇ ਆਓ ਵੇ ਆਓ ਵੇ ਥੱਲੇ ਮਹਿਦਾ ਫਿਰਦਾ ਪਤੰਗ ਉਸਤਾਦ ਜੀ ਕੀ ਕਹਿੰਦੇ ਹੋ ਮੈਂ ਕਹਿੰਦਾ ਮੈਂ ਚੱਕ ਲਿਆ ਕਹਿੰਦੇ ਵੀਰੋ ਜਿਹੜਾ ਇੱਕ ਪਤੰਗ ਉੱਡਦਾ ਸੀ ਉਹ ਅਸੀਂ ਕੱਟ ਦਿੱਤਾ ਜੀ ਲੈ ਚੜਾ ਇਹਨੂੰ ਜਿਹੜਾ ਪਤੰਗ ਉੱਡਦਾ ਸੀ ਕੱਟ ਦਿੱਤਾ ਜੀ ਹੁਣ ਹੁਣ ਡੋਰ ਅਸੀਂ ਤਾਂ ਜੇ ਕਰ ਲਈ ਸ਼ੁਰੂ ਹਾਂ ਪਹਿਲਾਂ ਵਾਲੀ ਸਾਰੀ ਗੰਦੀ ਜੀ ਲਾ ਕੇ ਸੈੱਟ ਕੀਤੀ ਹਾਂ ਹਾਂ ਹੁਣ ਬਈ ਅਸੀਂ ਜਿਹੜਾ ਦੂਜਾ ਪਤੰਗ ਉੱਡ ਰਿਹਾ ਸੀ ਉਹ ਕੱਟ ਦਿੱਤਾਗਾ ਇੱਕ ਤਾਂ ਅਸੀਂ ਚੱਕਦਾ ਫਟਾਫਟ ਕਿੱਲੇ ਉਸਤਾਦ ਜੀ ਕੀ ਕਹਿੰਦੇ ਹੋ ਸਹੀ ਹੈਗਾ ਡਰਾਈਵਰੀ ਸਹੀ ਸੀ ਪੂਰੀ ਬੋਲੋ ਵੀ ਕੁਛ ਅੱਜ ਮਿਊਟ ਜੇ ਆ ਤੁਸੀਂ ਕੀ ਹੋ ਗਿਆ ਚਾਹ ਚੂ ਪੀ ਲਓ ਜੇ ਸਸਤੀ ਹੈ ਤਾਂ ਚਾਹ ਤਾਂ ਇਹਨੇ ਠੰਡੀ ਕਰਤੀ ਪੀਤੀ ਨਹੀਂ ਬਈ ਮੈਨੂੰ ਵੇਟੀ ਜਾਂਦਾ ਬਈ ਮੈਂ ਲੇਟਰ ਲੇਟਰ ਅੱਛਾ ਉਹ ਗਾਮ ਹੀ ਲੈ ਗਾਮ ਚਾਹ ਮੁੰਡਾ ਕੋਈ ਨੀ ਯਾਰ ਬਹੁਤ ਪਏ ਪਤੰਗ ਉਹ ਵੇਖੋ ਗਾਈਸ ਕਿੰਨੇ ਪਤੰਗ ਪਏ ਆਪਣੇ ਕੋਲੇ ਸਹੀ ਗੱਲ ਆ ਉਹ ਮਗਰ ਵੀ ਚੜਿਆ 2 ਰੁਪਈਆਂ ਵਾਲਾ ਇੱਕ ਉਹ ਦੂਰ ਹੀ ਬਹੁਤ ਆ ਪਤੰਗ ਉਹ ਯਾਰ ਉਹਦਾ ਡਰਦਾ ਯਾਰ ਬਈ ਉਹ ਬੰਦਾ ਹੀ ਡਰ ਜਾਂਦਾ ਯਾਰ ਉਹਨੂੰ ਪਰਾਂ ਨੂੰ ਮੜੇ ਕਰ ਯਾਰ ਵੀਰੋ ਧੁੱਪ ਵੀ ਨਿਕਲ ਚੁੱਕੀ ਆ ਨਜ਼ਾਰੇ ਆਈ ਜਾਂਦੇ ਆਏ ਹਾਏ ਸੂਰਜ ਦੇਖਣ ਲੱਗ ਗਿਆ ਹੁਣ ਵਧੀਆ ਗੱਲ ਆ ਧੁੱਪ ਨਿਕਲਣ ਲੱਗ ਗਈ ਆਏ ਹਾਏ 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 ਈ ਪਾ ਵਿੱਚ
ਕਹਿੰਦੇ ਮੁੰਡਾ ਪੇਚਾ ਵਈ ਜਾਂਦਾ ਇੱਕੋ ਪਰਾਂ ਖੱਟਾ ਜਾਂ ਜੜ ਚੱਲਿਆ ਤੇ ਉਹਦੇ ਨਾਲ ਵੀ ਪੇਚਾ ਪਾਉਣਾ ਆਪਾਂ ਹਾਂ ਦੋ ਟੁੱਟ ਗਈ ਪਾ ਲਓ ਪੇਚਾ ਕਿੱਥੋਂ ਟੁੱਟ ਗਈ ਆਵੇ ਹੱਥੋਂ ਹੱਥੋਂ ਇੱਥੇ ਟੁੱਟੀ ਆ ਇਹ ਕੀ ਹੋ ਗਿਆ ਛੇਤੀ 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 ਮਾਰਨਾ ਕੰਡ ਇਹ ਕਿਵੇਂ ਟੁੱਟ ਗਈ ਓਏ ਟੁੱਟ ਹੀ ਪਾਈ ਜਾਂਦੇ ਤੁਸੀਂ ਓਏ ਕੀ ਕਹਿ ਸਕਦੇ ਆ ਯਾਰ ਹੁਣ ਇਹ ਐਂ ਹੱਥੋਂ ਹੀ ਟੁੱਟ ਟੁੱਟ ਜਾਂਦੀ ਆ ਯਾਰ ਬਈ ਡੋਰ ਤੇ ਕੱਚ ਜ਼ਿਆਦਾ ਲੱਗਿਆ ਵਾ ਪਾਊਗਾ ਪੇਚਾ ਹੜਦਾ ਨਹੀਂ ਇਹ ਉਂਗਲਾਂ ਉਂਗਲਾਂ ਜੀਆਂ ਬਚਾ ਕੇ ਇਹ ਚੱਕੀ ਤੁਰਿਆ ਕੰਮ ਇਹ ਨਜ਼ਾਰਾ ਹੀ ਗਾਈਸ ਬਾਹਲਾ ਆਈ ਜਾਂਦਾ ਪਤਾ ਨਹੀਂ ਕਿਉਂ ਸਵਾਦ ਜਿਹਾ ਹੀ ਆਈ ਜਾਂਦਾ ਵਾ ਵੇਖਣ ਦਾ ਹੀ ਇਹ ਛੇਤੀ ਛੇਤੀ ਗੰਢ ਮਾਰਦੇ ਕਿ ਖਿੱਚ ਨਾਲ ਕਰੇਗਾ ਕੰਮ ਓਏ ਮੇਰੇ ਸਾਲ ਨੇ ਪਾਇਆ ਵੀ ਹੈ ਕਿ ਨਹੀਂ ਚੱਲ ਚੱਲ ਓਏ ਸਰਾਗ ਆਲਾ ਬਈ ਟੈਲ ਦਿੱਤੀ ਨਹੀਂ ਕਹਿੰਦਾ ਗੰਢ ਨਹੀਂ ਮਾਰੀ ਹੈ ਮੁੰਡਾ ਗੁੱਸੇ ਚ ਆ ਕੇ ਪਤੰਗ ਵੱਢ ਗਿਆ ਅੱਜ ਹਾਂ ਦੋ ਵੜਤੇ ਇੱਕ ਮੈਂ ਵੜਤਾ ਨਾ ਇੱਕ ਇਹਨੇ ਵੜਤਾ ਇਹਨੇ ਤਾਂ ਵੜਾਏ ਆ ਸੱਚ ਦੋ ਹਾਂ ਇਹਨੇ ਵੜਾਏ ਆ ਦੋ ਵੜ ਲੈ ਦੋ ਵੜਾਤੇ ਹਾਂ ਚੱਲ ਕੋਈ ਨਾ ਕੋਈ ਨਾ ਘੱਟ ਹੁੰਦਾ ਰਹਿੰਦਾ ਕੋਈ ਨਾ ਕੋਈ ਨਾ ਕੋਈ ਨਾ ਸ਼ੇਰਾ ਕੋਈ ਨਾ ਖਿੱਚਣਾ ਵੜਤਾ ਮੁੰਡੇ ਨੇ ਖਿੱਚ ਕੇ ਮੈਂ ਕਿਹਾ ਕਿਤੇ ਪਿਆ ਹੀ ਨਹੀਂ ਵਿੱਚ ਖਿੱਚੀ ਤੁਰਿਆ ਬਲਾਂਸ ਪੀੜਾ ਮੁੰਡਿਆ ਤੇਰੀ ਦਾ ਏ ਓ ਬਈ ਆ ਡੋਰੀ ਖਿੱਚ ਲਈ ਆ ਅੱਛਾ ਹਲਮਾ ਕਿਦਾਂ ਲੈ ਜੀ ਯਾਰ ਪਾਣੀ ਆ ਅਸੀਂ ਡੋਰ ਲਪੇਟਦੇ ਲਪੇਟਦੇ ਤੇ ਇੱਕ ਪਤੰਗ ਵੜਾ ਵੀ ਦਿੱਤਾ ਤੂੰ ਅੱਜ ਫੇਰ ਤਿੰਨ ਵੜਾ ਤੇ ਉਹ ਵੇਖ ਲੈ ਬਗਾਨੇ ਪੁੱਤ ਨੇ ਲੁੱਟ ਕੇ ਚੜਾ ਲਿਆ ਤੇ ਹੁਣ ਆਪਣਾ ਵੱਡੂ ਪੇਚਾ ਪੈਣ ਜਾ ਰਿਹਾ ਏ ਪੇਚਾ ਉਹਦੇ ਨਾਲ ਪੈਣਾ ਆਪਣਾ ਉਹ ਆਪਣਾ ਗਾਂ ਵਾਲਾ ਗੁੱਡਾ ਏ ਤੇ ਆ ਹਰਾ ਜਾ ਵੀ ਆਪਣਾ ਹੀ ਆ ਵੈਸੇ ਤਾਂ ਇਹ ਆਪਣਾ ਕੱਟਿਆ ਗਿਆ ਸੀ ਤਾਂ ਉਧਰ ਜਾ ਵੜਿਆ ਉਹ ਬੰਦਾ ਚੱਕ ਲਿਆ ਲਓ ਜੀ ਪੇਚਾ ਪਾ ਲਓ ਕਹਿੰਦੇ ਇੱਧਰ ਕਹਿੰਦੇ ਹੈਪੀ ਵੀਰਾ ਏ ਤੇ ਛੋਟਾ ਬੰਦਾ ਆਪਣਾ ਨਹੀਂ ਹੁਣ ਵੱਢਾਂਗੇ ਜਾ ਯਾਰ ਪੱਕਾ ਏਦੂ ਬਾਅਦ ਗਾਈ ਸਾ ਪਾ ਚੜਾਉਣਾ ਪਤੰਗ ਹੈਪੀ ਗੋਲਡ ਸਮਿਥ ਵਾਲਾ ਠੀਕ ਆ ਹਾਂ ਹੁਣ ਸਾਡੀ ਡੋਰ ਦੇ ਵਿੱਚ ਟੋਟਾ ਸੀ ਉਹ ਕੱਢਣਾ ਵਾ ਚਲੋ ਹੁਣ ਪੇਚਾ ਪਾਉਣਾ ਕਿ ਨਹੀਂ ਪੇਚਾ ਪੈਣ ਜਾ ਰਿਹਾ ਏ ਉਹ ਵੇਖੋ ਜਮਾਂ ਆਪਣਾ ਗੁੱਡਾ ਉਹਦੇ ਕੋਲੇ ਜੇ ਪੇਚਾ ਨਹੀਂ ਪਿਆ ਕਹਿੰਦੇ ਉੱਤੇ ਰੱਖੀਏ ਪੇਚਾ ਪਾ ਲਓ ਗਾਈਸ ਪੈ ਗਿਆ ਹੁਣ ਤਾਂ ਉਹ ਖਿੱਚੀ ਨਾ ਕਹਿੰਦੇ ਗਾਈਸ ਕੁਝ ਵੀ ਹੋ ਸਕਦਾ ਇਹ ਪੇਚਾ ਪੈ ਗਿਆ ਆਪਣਾ ਲੈ ਇੱਧਰ ਕਹਿੰਦੇ ਸਾਡੇ ਦੋ ਬੰਦੇ ਨੇ ਜਿਹੜੇ ਪੇਚਾ ਪਾ ਰਹੇ ਨੇ ਕੁਛ ਵੀ ਹੋ ਸਕਦਾ ਵੀਰੋ ਕੁਛ ਵੀ ਉਹ ਵੇਖੋ ਗਾਈਸ ਪਤੰਗ ਕਿਵੇਂ ਝੂਲੀ ਜਾਂਦਾ ਆਪਣਾ ਥੋੜਾ ਤਾਂ ਚੱਕੀਏ ਉੜਦਾ ਹੀ ਉਰੇ ਫੜਾ ਉਰੇ ਫੜਾ ਉਰੇ ਲੈ ਆ ਉਹਦੀ ਡੋਰ ਫੜਨ ਦੀ ਕਰਦਾ ਹੋਏ ਵੱਡੀ ਗਈ ਆਪਣੀ ਓਏ ਆਏ ਕੀ ਹੋ ਗਿਆ ਆਏ ਕੀ ਹੋ ਗਿਆ ਆਏ ਜਾ ਯਾਰ ਕੀ ਯਾਰ ਗਾਈਸ ਗਲਤੀ ਹੋ ਗਿਆ ਕੰਮ ਯਾਰ ਤੁਸੀਂ ਪਤੰਗ ਕਟਾਈ ਜਾਂਦੇ ਆ ਕੀ ਗੱਲ ਆ ਯਾਰ ਹੋਇਆ ਕੀ ਆ ਤੁਹਾਨੂੰ ਤੂੰ ਨਾ ਵੜਾਈ ਤੁਰਿਆ ਇਹਨਾਂ ਦੇ ਡੋਰ ਮਿੱਤਰੋਂ ਕਹਿੰਦੇ ਰਗੜੇ ਪੈ ਗਏ ਡੋਰ ਦੇ ਵਿੱਚ ਹੁਣ ਡੋਰ ਸਾਰੀ ਉੱਤੋਂ ਲਾਹਤੀ ਜਿੰਨੀ ਵਰਤੀ ਵੀ ਸੀ ਸਾਰੀ ਡੋਰ ਲਾਹਤੀ ਕਿਉਂਕਿ ਨਾ ਆਹ ਆਪਣੀ ਸੀਮੈਂਟ ਦੀ ਆ ਅਤੇ ਇੱਥੇ ਨਾ ਖੁਰਚੀ ਜੀ ਜਾਂਦੀ ਆ ਦੇਖ ਲਓ ਇੰਨੀ ਡੋਰ ਇਹਨੇ ਲਾਹ ਕੇ ਸਿੜਤੀ ਆ ਅਤੇ ਹੁਣ ਕਹਿੰਦਾ ਹੁਣ ਆਪਾਂ ਚੜਾ ਰਹੇ ਹਾਂ ਸਿੱਧੂ ਮੂਸੇ ਵਾਲੇ ਵਾਲਾ ਪਤੰਗ ਹੁਣ ਉਹ ਵੱਢਣਾ ਉਹ ਵੱਡਾ ਪਤੰਗ ਆ 20 ਰੁਪਈਆਂ ਵਾਲੇ ਤੈਨੂੰ ਦੋ ਦਵਾਏ ਸੀ ਉਹ ਇੱਕ ਵੜਾ ਦਾ ਤੂੰ ਤੇ ਇੱਕ ਉਹ ਬਗਾਨਾ ਪੁੱਤ ਚੜਾਈ ਜਾਂਦਾ ਇੱਕ ਉਧਰ ਗਿਆ ਬਗਾਨਾ ਪੁੱਤ ਕੀ ਕਰ ਲੂਗਾ ਹੋਣਾ ਹੀ ਨਹੀਂ ਉਹਦਾ ਹੋਣਾ ਕਿਉਂ ਨਹੀਂ ਉਹ ਤਿੰਨ ਵਾਰੀ ਦਾ ਵੜਤਾ ਤੇ ਰੱਬਾ ਹੁਣ ਹਵਾ ਹੁਣ ਮਹਾ ਬਦਲੀਆ ਵੇਖੀ ਵੀ ਜਾਂਦੀ ਬਸ ਸਹੀ ਹੈ ਧੁੱਪ ਵੀ ਨਿਕਲਿਆ ਮਿੱਤਰੋ ਬਸ ਸਹੀ ਹੈ ਬੰਦਾ ਵੀ ਬਦਲਿਆ ਕਹਿੰਦੇ ਸਾਡਾ ਇਦੋਂ ਬਾਅਦ ਮੇਰੀ ਵਾਰੀ ਆ ਅਸੀਂ ਵਾਰੀ ਸਿਰ ਚੜਾਉਂਦੇ ਹਾਂ ਗਾਈਸ ਇੱਕ ਵਾਰੀ ਉਹ ਚੜਾਉਂਦਾ ਇੱਕ ਵਾਰੀ ਉਹ ਇੱਕ ਵਾਰੀ ਉਹ ਇੱਕ ਵਾਰੀ ਉਹ ਇੱਕ ਕੈਮਰੇ 'ਚ ਕੀ ਲੱਗਿਆ ਪਿਆ ਮਿੱਟੀ ਪਤਾ ਨਹੀਂ ਚਲੋ ਹੁਣ ਹੋ ਗਿਆ ਸਾਫ ਤੇ ਹਾਂ ਯਾਰ ਇਦੋਂ ਬਾਅਦ ਮੇਰੀ ਵਾਰੀ ਆ ਉਹ ਲੱਸੀ ਆ ਤੇ ਗਾਈਸ ਇਹਦਾ ਕੰਮ ਰੋਟੀ ਨਹੀਂ ਖਾ ਕੇ ਆਇਆ ਇਹ ਰੋਟੀ ਨਹੀਂ ਖਾ ਕੇ ਆਇਆ ਆਹੋ ਚੱਲ ਤੈਨੂੰ ਕੁਛ ਊਂ ਖਵਾ ਦਿੰਦੇ ਆ ਦੋ ਚਾਰ ਗਾਲਾਂ ਖਾ ਲਾ ਮੇਰੇ ਤੋਂ ਦੋ ਤਿੰਨ ਲਫੇੜੇ ਖਾ ਲਾ ਇਹਦੀ ਮਿੱਤਰੋ ਮੁੰਡੇ ਕਹਿੰਦੇ ਕਿ ਧਾਗਾ ਡੋਰ ਲੈ ਕੇ ਆਉਣੀ ਆ ਮੋੜ ਕੇ ਆਉਣੀ ਆ ਇਹ ਤੋੜ ਕੇ ਮੁੜੂਗੀ ਹਨਾ ਖਾਲੀ ਕੋਣ ਦਾ ਦੇ ਦਾ ਡੋਰ ਦਾ ਵੇਟ ਕਰਨਗੇ ਤੇ ਵਾਪਸ ਰੱਖ ਲੈਣਗੇ ਧਾਗਾ ਡੋਰ ਧਾਗਾ ਡੋਰ ਮਿਲ ਜੂ ਪਰ ਇੱਕ ਮਿੰਟ ਦਾ ਆਪਾਂ ਨੂੰ ਮੋਨੋਫਿਲ ਗੋਲਡ ਦੇ ਆਈ ਜਾਂਦੇ ਆ ਮੋਨੋਫਿਲ ਗੋਲਡ ਫੁੱਦੂ ਡੋਰ ਆ ਯਾਰ ਆਵਾ ਮੋਨੋਫਿਲ ਵਰਤੀ ਨੇ ਗੋਇੜੇ ਗੋਸਰਾ
ਕੋਈ ਕੋਸਰਾ ਹੋਰ ਸ਼ਕਤੀ ਚਾਹ ਸ਼ਕਤੀ ਲੈ ਲੈਣੀ ਸ਼ਕਤੀ ਇਹ ਦੇਖ ਸ਼ਕਤੀ ਓ ਗਾਇਸ ਆ ਡੋਰ ਦੇ ਤਾਂ ਮੈਂ ਬਲੇਵੇਂ ਕੱਢਦਾ ਹੀ ਥੱਕ ਗਿਆ ਹੁਣ ਮੇਰੀ ਵਾਰੀ ਆ ਗਈ ਬਈ ਮੈਂ ਲਾਉਂਦਾ ਪਿੱਚ ਗਾਇਸ ਤੂੰ ਕੌਣ ਮੈਂ ਤੂੰ ਕੌਣ ਆ ਕਹਿੰਦਾ ਹਾਂ ਡੋਰ ਚਿੜਕਾ ਕੇ ਲੈ ਗਏ ਕਿੱਧਰ ਗਿਆ ਏ ਉਹ ਪਿਆ ਛੱਤ ਤੇ ਸੈੱਟ ਲਿਆ ਥੱਲੇ ਉਹ ਪਿਆ ਬੰਦੇ ਆ ਚੱਲੀ ਡੋਰ ਡਰਾਈਵਰ ਹੀ ਚੱਚਾ ਹੱਥ ਕੋਲੀ ਟੁੱਟ ਗਈ ਓਏ ਹੱਥ ਕੋਲੋਂ ਕਿਉਂ ਟੁੱਟ ਗਈ ਆ ਆ ਆਉਂਦੀ ਡੋਰ ਤਾਂ ਆਈ ਚੜਕਾਲੀ ਹੁਣ ਸਾਰੀ ਖੁਰਚੀ ਜਾਣੀ ਆਹ ਸਾਰੀ ਓ ਯਾਰ ਪਹਿਲਾਂ ਤੁਸੀਂ ਚੱਲੋ ਯਾਰ ਆ ਇਧਰ ਅੜੀ ਪਈ ਆ ਬਈ ਵਾਹ ਬਈ ਵਾਹ ਤੁਸੀਂ ਹੁਣ ਨਾ ਹੁਣ ਇਹਨਾਂ ਦਾ ਆਪਣੇ ਨਾਲ ਹੀ ਲਾਦਾ ਉਹ ਤੇਰੀ ਪਤੰਗ ਹੀ ਬੜਾ ਜੈਸ ਸੀ ਉਹ ਆਪਣੇ ਵਾਲਾ ਆ ਉਹ ਪਿਆ ਲਿਆ ਓਏ ਕਿੱਥੇ ਕੋਠੇ ਤੇ ਨਹੀਂ 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 ਆਪਾਂ ਨਹੀਂ ਜਾਣਾ ਰਹਿਣ ਦੇ ਨਹੀਂ 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 ਰਹਿਣ ਦੇ ਬੈਠਾ ਰਹਿ ਖਿੱਚੇ ਨੂੰ ਪਾ ਕੇ ਓਏ ਡੋਰ ਡਰ ਜੀ ਜਾਂਦੀ ਹੂ ਦੇਖ ਇੱਥੋਂ ਦੀ ਕਿਦੋਂ ਦੀ ਨਹੀਂ ਡੋਰ ਬੜੀ ਆ ਹੈ ਡੋਰ ਬੜੀ ਆ ਇਹਦੇ ਵਿੱਚ ਡੋਰ ਕੀ ਬਹੁਤ ਆ ਡੋਰ ਬਹੁਤ ਆ ਅੱਛਾ ਉਹ ਪਸੰਦ ਹੁੰਦੇ ਕੋਣ ਜਾ ਅਸੀਂ ਮੋੜ ਕੇ ਆਉਣ ਦੀ ਸਲਾਹ ਬਣਾਉਂਦੇ ਪਏ ਆ ਇਹਦੇ ਸਾਡੇ ਯਾਰ ਲੇਟੋ ਡੋਰ ਮੋੜ ਕੇ ਬਸ ਹੁਣ ਇੱਕ ਅੱਧਾ ਹੋਰ ਵੱਢਦੇ ਯਾਰ ਉਹ ਵੀ ਵੱਢਦੇ ਇੱਕ ਫਿਰ ਥੋੜਾ ਵਧਾ ਲਈਏ ਉਹ ਮੇਰਾ ਤਾਂ ਰਾਦਾ ਬਦਲ ਗਿਆ ਵੀ ਰਹਿਣ ਦੋ ਹੁਣ ਪਤੰਗ ਵੱਢ ਕੇ ਕਹਿੰਦੇ ਰਹਿਣ ਦੋ ਨਹੀਂ ਕਿਵੇਂ ਆ ਡੋਰ ਸਹੀ ਸਹੀ ਦੱਸੀ ਡੋਰ ਤਾਂ ਸਹੀ ਆ ਪਰ ਧਾਗ ਵਾਲੇ ਪੈਂਦੇ ਧਾਗ ਵਾਲੇ ਯਾਰ ਇਤਨਾ ਵਾਲ ਵਾਲੇ ਪੈਂਦੇ ਆਪਾਂ ਵਾਲ ਕੱਢਦੇ ਹੀ ਥੱਕ ਜਾਂਦੇ ਮੈਂ ਕਹਿੰਦਾ ਯਾਰ ਮੈਂ ਵਾਲ ਕੱਢਣ ਦੀ ਬਜਾਏ ਟੋਟਾ ਪਾ ਲੈਣਾ ਟੋਟੇ ਪਾ ਪਾ ਦੀ ਡੋਰ ਸੜਤੀ ਇਹਨਾਂ ਨੇ ਤਾਂ ਇਹਨਾਂ ਨੇ ਖਰਾਬ ਕਰਤੇ ਕਾਲ ਦੇ ਆਣੇ ਆ ਵੇਖੋ ਗਾਇਸ ਪਤੰਗ ਦੇ ਉੱਤੇ ਚਾਹ ਰੱਖਤੀ ਉੱਡਣ ਨਾ ਤਾਂ ਰੱਖੀ ਐ ਵਧਾਈ ਐ ਨਾ ਵਧਾਈ ਨਾ ਹੁਣੇ ਤਾਂ ਕਹਿੰਦੇ ਮੋੜ ਕੇ ਲੈ ਕੇ ਆਉਣੀ ਹੋਰ ਲੈ ਕੇ ਆਉਣੀ ਆ ਪਰ ਠਹਿਰ ਕੇ ਲੈਣੇ ਹੁਣ ਰਹਿ ਬਦਲ ਗਈ ਹੁਣ ਰਹਿ ਬਦਲ ਗਈ ਜਾਵਾਂਗੇ ਪਰ ਠਹਿਰ ਕੇ ਜਾਵਾਂਗੇ ਕੋਈ ਨਾ ਥੋੜਾ ਟਾਈਮ ਰੁੱਕ ਕੇ ਚੱਲਦੇ ਆ ਮਕੋੜ ਕੇ ਥੋੜੀ ਜੀ ਹੋਰ ਬਿਨਾ 500 ਰੁਪਿਆ ਤੇ ਤਾਂ ਪਵੇ ਜੀ ਆਏ ਹੋਏ ਵੇਖੀ ਕਿੰਨਾ ਭੈੜਾ ਓਏ ਮੇਰੇ ਕੋਲੇ ਪੈਸੇ ਮੁੱਕ ਗਏ 200 ਰੁਪਿਆ ਰਹਿ ਗਿਆ ਆਪਣੇ ਕੋਲੇ ਤੇ ਹੋਰ ਕਿੰਨੇ 200 ਨਾ ਹੋਰ ਕੋਣ ਆ ਗਿਆ ਜੀ ਨਹੀਂ ਸੱਚੀ ਸਹੀ ਸੱਚੀ ਸੱਚੀ ਦੱਸਾਂ 300 ਰੁਪਏ ਆਪਣੇ ਕੋਲੇ 300 ਹਾਂ 5 ਰੁਪਏ ਪੰਜਾਂ ਦਾ ਲਵਾ ਲੈ ਕੀ ਹੈ ਪੰਜਾਂ ਦਾ ਕਿਲੋ ਵਾਲੇ ਡੰਡੀਆਂ ਪੰਜਾਂ ਦੀਆਂ ਡੰਡੀਆਂ ਇੱਚ ਪੰਜਾਂ ਦੀਆਂ ਥੋੜੂ ਲੱਗਦੀਆਂ ਵਾ ਕਿੰਨੇ ਦੀਆਂ ਲੱਗਦੀਆਂ ਉਹਨਾਂ ਪਿਆਵਾਂਗੇ ਥੋੜੀ ਪੋਇਨ ਲੁੱਟਦੇ ਹੀ ਆਏ 30 ਦੀਆਂ ਹੁਣ ਕਿਹਦਾ 30 ਦੀਆਂ 30 ਨਾਲ ਵੀ ਲੁੱਟਦੇ ਹੀ ਆ ਡੰਡਾ ਹੀ ਪਾਉਣਾ ਇੱਕ ਡੰਡਾ ਡੰਡਾ ਨਹੀਂ ਤੇ ਆਪਾਂ ਆਰੇ ਤੋਂ ਪਵਾ ਲਿਆਵਾਂਗੇ ਵਿੱਚ ਪੂਰਾ ਵਧੀਆ ਪਲਾਸਟਿਕ ਦੀਆਂ ਆਉਂਦੀਆਂ ਬਾਬੇ ਇਹਦੇ ਵਿੱਚ ਲਾਊਗਾ ਆਵੇ ਆਵੇ ਨਿਸ਼ਾਨ ਰਿਆ ਇੱਕ ਇੱਧਰ ਆਵੇ ਠੀਕ ਆ ਮੈਂ ਡੰਡੀ ਚ ਪਕਾ ਦੇਣੀ ਮੈਂ ਤਾਂ ਪਤਾ ਨਹੀਂ ਟੀਸੀ ਤੇ ਲੱਗ ਗਿਆ ਉਹ ਟੀਸੀ ਗੇਟ ਤੇ ਆ ਭੈਣ ਦੀਂਦਾ ਹੀ ਨਹੀਂ ਇਹ ਤਾਂ ਉਹ ਰਿਆ ਉਹਦਾ ਕਦਾ ਵੱਡਾ ਵੀ ਚੜਾਉਣਾ ਆਪਾਂ ਹਜੇ ਓਏ ਬਾਅਦ ਚ ਚੜਾਉਨੇ ਆ ਜੋ ਨਵੀਂ ਡੋਰ ਲਿਆਏ ਬਾ ਠੀਕ ਨਸ਼ਾ ਸ਼ਰਾਬ ਦਾ ਹੁੰਦਾ ਤਾਂ ਛੱਡ ਦੇਣਾ ਸੀ ਇਹ ਆਪਣਾ ਵੜਾ ਆਣਾ ਲਈ ਬਾਈ ਬਣ ਕੇ ਵੱਡਾ ਗਿਆ ਦੋਨੀ ਗਏ ਨਹੀਂ ਆਪਣਾ ਹਾਏ ਗਿਆ ਲੇਟ ਲੇਟ ਗਿਆ ਹਾਏ ਨੱਚ ਕੇ ਦਾ ਵਗਾ ਰਿਹਾ ਹੁਣ ਮੇਰਾ ਆਪਣਾ ਗਿਆ ਗਿਆ ਚਲੋ ਹਾਏ ਯਾਰ ਬੰਦਾ ਕਿ ਤੂੰ ਕੀ ਆ ਯਾਰ ਅੱਜ ਨਾ ਬਈ ਨਜ਼ਰ ਲਾ ਟਾਣਾ ਪਾਈ ਓਏ ਬਈ ਕੀ ਹੋ ਗਿਆ ਕੀ ਹੋ ਗਿਆ ਓਏ ਉਹ ਲਾ ਗਿਆ ਆਪਣੀ ਫਰੀ ਓਏ ਕਿਹੜਾ ਓਏ ਹਾਂ ਉਹ ਰਿਹਾ ਆਪਣਾ ਪਤੰਗ ਚੱਲ ਕੋਈ ਨਾ ਉਹ ਫੇਰ ਲੱਗ ਗਿਆ ਪੇਚੇ ਉਧਰ ਲੱਗ ਗਿਆ ਤੂੰ ਡੈਡੀ ਲੁੱਟ ਕੇ ਲਿਆ ਸੀ ਮੇਰੀ ਵਾਰੀ ਆ ਗਈ ਓਏ ਬਹੁਤ ਟਾਈਮ ਹੋ ਗਿਆ ਤੁਹਾਨੂੰ ਹੈਪੀ ਦੀ ਵਾਰੀ ਯਾਰ ਹੁਣੇ ਜਦੋਂ ਵਿੱਚ ਬੁੱਝੇ ਲਾ ਲੈ ਤਾਂ ਤੁਸੀਂ ਤਰਸ ਨਹੀਂ ਖਾਂਦੇ ਮਿੱਤਰੋ ਅੱਜ ਨਾ ਸਵਾਦ ਜਾਂ ਨਹੀਂ ਆਉਂਦਾ ਪਿਆ ਕਾਹਤੋਂ ਨਹੀਂ ਆਉਂਦਾ ਇਹ ਪਤੰਗ ਹੀ ਵੜਾਈ ਜਾਂਦਾ ਅੱਜ ਇਹ ਕੀ ਕਰੀਏ ਯਾਰ ਅੱਜ ਮੁੰਡੇ ਦਾ ਓਏ ਆ ਮਾੜੇ ਭਾਂਡੇ ਚੱਕੀ ਵੇਖੀ ਦਾ ਸੀ ਆਪਣੇ ਕੋਲ ਰਹਿ ਕੀ ਗਿਆ ਸਮਾਨ ਕੀ ਰਹਿ ਗਿਆ ਚੱਕੀ ਇੱਕ ਤਾਂ ਤੂੰ ਸੈੱਟ ਹੀ ਦਿੱਤਾ ਥੱਲੇ ਤੂੰ ਕਿਹੜਾ ਘੱਟ ਆ ਮੈਂ ਨਹੀਂ ਹਜੇ ਤੱਕ ਕੋਈ ਵੜਾਇਆ ਮੈਂ ਵੱਢਿਆ ਜ਼ਰੂਰ ਹੈ ਇੱਕ ਇੱਧਰ ਵੱਢਿਆ ਨਹੀਂ ਕਰ ਯਾਦ ਜਦੋਂ ਤੁਸੀਂ ਵੀਡੀਓ ਨਹੀਂ ਬਣਾਈ ਜਦੋਂ ਤੁਸੀਂ ਵੀਡੀਓ ਨਹੀਂ ਬਣਾਈ ਸੀਗੀ ਚਾਹ ਡੋਲ ਦੋ ਉੱਤੇ ਠੀਕ ਆ ਗਲਾਸਾਂ ਨਾਲ ਯਾਰ ਆ ਵੱਡਾ ਵੀ ਚੜਾਉਣਾ ਯਾਰ ਆਪਾਂ 2 ਕਿਲੋ ਦਾ ਰਹਿ ਗਿਆ ਜੀ ਅੱਛਾ ਜੀ ਮੂਸੇ ਵਾਲਾ ਰਹਿ ਗਿਆ ਜੀ ਹਾਂਜੀ ਤੇ 2 ਮੂਸੇ ਵਾਲੇ ਹੋਈ ਪਏ ਆ ਜੀ ਉਹਨੂੰ ਵੀ ਹੱਥ ਨਹੀਂ ਲਾਇਆ ਇੱਕ ਆ ਮਰੀਅਲ ਬਾਬਾ ਪਿਆ ਇੱਕ ਆ ਸਪਾਈਡਰਮੈਨ ਪਿਆ ਜੀ ਮਰੀਅਲ ਬਾਬਾ ਸਪਾਈਡਰਮੈਨ ਆਪਣੇ ਕੋਲੇ ਪਤੰਗ ਬਚੇ ਹੈਗੇ ਆ 2 ਤੇ 5 ਚੜਾਉਣ ਵਾਲੇ ਆ 6ਵਾਂ ਤਾਂ ਦੂਜੀ ਆ ਹਨਾ 6ਵਾਂ ਵੱਡਾ
ਹਾਂ ਛੇਵਾਂ ਵੱਡਾ ਦੂਜੂ ਹੀ ਹੈ ਉਹ ਦੂਜੂ ਹੀ ਹੈ ਸੱਤਵਾਂ ਉੱਡੀ ਜਾਂਦਾ ਸੱਤਵਾਂ ਉੱਡੀ ਜਾਂਦਾ ਉਹ ਜਹਾਜ਼ ਕਿੰਨਾ ਨੀਵਾ ਅੱਜ ਮਿੱਤਰੋ ਅਬੇ ਚੱਲ ਆ ਜਹਾਜ਼ ਨਾਲ ਥੱਲੇ ਆ ਵੀਡੀਓ ਬਣਾਵਾਂਗੇ ਵੀਡੀਓ ਬਣਾਵਾਂਗੇ ਲਵਾਏਗਾ ਕਿੱਥੇ ਸਿਰ ਤੇ ਆਪਦੇ ਟੋਪੀਆਂ ਹੀ ਆ ਖਲਾਰਤੀਆਂ ਉਹਦੇ ਤਾਂ ਕਹਿੰਦੇ ਟੋਪੀਆਂ ਲੈਣੀਆਂ 20 ਰੁਪਏ ਲਵਾਈ 60 ਰੁਪਏ ਦੀਆਂ ਟੋਪੀਆਂ ਆਈਆਂ ਆ ਕੀ ਬਣਾਇਆ ਪਿਆ ਬਟਨ ਜਾਂ ਬਣ ਗਿਆ ਨਾ ਜਿਵੇਂ ਉਹਨੇ ਲੱਗੀ ਨੀ ਅਲਟਰਾ ਟੈਕ ਵਾਲੇ ਟੋਪੀ ਅਲਟਰਾ ਟੈਕ ਵਾਲੇ ਦੇ ਯਾਰ ਆਹ ਕੱਪ ਦਾ ਚੱਕ ਲੋ ਪੀ ਪੀ ਕੇ ਇੱਥੇ ਨਾ ਰੱਖ ਥੱਲੇ ਡੱਗ ਜਾਣਗੇ ਕੰਨੀ ਤੇ ਕਰਦੇ ਸਾਰੇ ਤੇ ਪੈ ਗਏ ਨਾ ਕਿ ਨਹੀਂ ਪੈ ਗਿਆ ਪੈ ਗਿਆ ਪੈ ਗਿਆ ਆ ਪੇਚਾ ਦਾ ਝੋਪੜੀ ਜੀ ਦੇ ਉੱਤੇ ਆ ਗਿਆ ਏ ਸਾਜਨਾ ਦੇਖ ਲਾ ਇਹ ਕੀ ਸਾਜਨ ਐ ਸਾਜਨ ਡਰਾਈਵਰ ਬਣਿਆ ਹੋਇਆ ਵਾ ਕੁਛ ਨਹੀਂ ਕਹਿ ਸਕਦੇ ਬਾਈ ਕੀ ਬਣੂਗਾ ਚੱਲ ਚੱਕ ਦੇ ਕੰਮ ਇੱਕ ਤਾਂ ਬਲਰ ਜੀ ਹੋ ਜਾਂਦੀ ਹੁੰਦੀ ਵੀਡੀਓ ਇੰਨੀ ਦੂਰੋਂ ਯਾਰ ਵਿਚਾਰਿਆਂ ਦਾ ਫੋਕਸ ਹੀ ਨਹੀਂ ਹੁੰਦਾ ਓਏ ਉਹ ਥੱਲੀ ਡੈਗ ਗਿਆ ਪਤੰਗ ਓਏ ਨਹੀਂ ਨਹੀਂ ਚੜਾਇਆ 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 ਸਾਲੇ ਆਪਣੀ ਡੋਰ ਘਸੀ ਜਾਂਦੀ ਆ ਕੱਸ ਕੇ ਟੁੱਟ ਜਾਣੀ ਆ ਪਿਆ ਵਾ ਪੇਚਾ ਏ ਕੱਢ ਲਿਆ ਜਾ ਯਾਰ ਉੱਚੇ ਕਰੋ ਥੋੜੇ ਜੇ ਫੇਰ ਹੀ ਪੈਦਾ ਆ ਤੂੰ ਕਿੱਧਰ ਚੜਦਾ ਜਸਕਰਨ ਓਏ ਬੰਦਾ ਮੈਨੂੰ ਜਾਣਦਾ ਜਾਣਦਾ ਕਰਕੇ ਉਹਨੇ ਕਿਹੜਾ ਗੁੱਡਾ ਨਹੀਂ ਕੱਟਣਾ ਆਪਣਾ ਕੱਟੀ ਹਣੀ ਯਾਰੀ ਨਾ 5 ਰੁਪਏ ਲੜੀ ਪੰਜਾ ਪਿੱਛੇ ਨਹੀਂ ਕੱਟਦਾ ਨਹੀਂ ਕੱਟਦਾ ਏ ਨਹੀਂ ਕੱਟਦਾ ਬਲ ਨਹੀਂ ਯਾਰੀ ਇਹਨਾਂ ਨੂੰ ਕਰਾਉਂਗਾ ਠੀਕ ਆ ਉਹਦੇ ਫਿਰ ਮੈਨੂੰ ਪਿੱਛੇ ਲਾਉਂਦੇ ਕਟਵਾਉਣਾ ਹੀ ਉਹਨੇ ਉਂਝ ਲਾਈ ਕ ਪਈ ਜਾਂਦਾ ਡੋਰ ਦੇ ਥੋੜੀ ਜਿਹੀ ਨਜ਼ਾ ਯਾਰ ਤੂੰ ਸ਼ਾਨ ਸ਼ੁਣ ਨਹੀਂ ਆਉਂਦੀ ਫਿਰ ਕੋ ਹੱਥਾਂ 'ਚ ਟੁੱਟ ਗਈ ਹਨਾ ਇਹ 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 ਬਣ ਚਲੀ ਗੱਲ ਬਣ ਚਲੀ ਗੱਲ ਪੈ ਗਿਆ ਖਿੱਚ ਦੇ ਕੇ ਵੇਖਾਂ ਏ ਚੱਲ ਪਾਲਾ ਹੁਣ ਇਹਦੇ ਨਾਲ ਦਾ ਪਾਲਾ ਪੇਚਾ ਇੰਨਾ ਕਿੰਨਾ ਕੁ ਵਧਾਉਣਾ ਵਾ ਕਿੱਥੇ ਲੈ ਗਿਆ ਜੂਮ ਕਰਕੇ ਦੀਂਦੇ ਵੀ ਨਹੀਂ ਗੇ ਪੈ ਗਿਆ ਏ ਖਿੱਚ ਦਿੰਦਾ ਪਿਆ ਵਾ ਡੋਰ ਤਾਂ ਜਮਾ ਥੱਲੇ ਘਸੀ ਜਾਂਦੀ ਆਪਣੀ ਓਏ ਫਸ ਗਈ ਕਾਸੇ ਚ ਹਨਾ ਕੋਈ ਨੀ ਡਬਲ ਖਿੱਚ ਬਣ ਗਈ ਕੱਢ ਲਈ 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 ਚੱਲ 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 ਸਪੀਡ ਵੇਖੋ ਮੁੰਡੇ ਓਏ ਹੱਥ ਕੋਲੀ ਟੁੱਟ ਗਈ ਓਏ ਆਪਣੇ ਦਾ ਓ ਤੇਰੇ ਹੱਥ ਕਹਿ ਜੇ ਓਏ ਨੈਸ਼ ਲੈ ਖਿੱਚ ਦੇ ਖਿੱਚ ਨੇ ਹੱਥ ਹੀ ਤੜਾਲੀ ਜਾ ਯਾਰ ਓਏ ਉਹਦੇ ਨਾਲ ਹੀ ਬੰਨੀ ਫਿਰਦਾ ਏ ਉਹ ਓਏ ਓਏ ਨਾਲ ਹੀ ਬੰਨੀ ਫਿਰਦਾ ਏ ਜਾ ਓਏ ਭਰਾਵੋ ਹੱਥ ਕੋਲੋਂ ਕਿਵੇਂ ਟੁੱਟ ਜੂ ਯਾਰ ਡੋਰ ਯਾਰ ਡੋਰ ਤੁਹਾਨੂੰ ਕਹੀਦਾ ਹਾਂ ਕਹੀ ਦੇਣਾ ਆਪਣੇ ਮੈਂ ਚਲੋ ਯਾਰ ਮੋੜਨ ਚਲੀ ਹੁਣੇ ਬਗਣੀ ਕਦੋਂ ਆਉਣਾ ਚੱਲ ਤੋੜ ਦੇ ਇਹਦੇ ਨਾਲ ਲਪੇਟਦੀ ਆ ਤਾਂ ਲਪੇਟ ਲਾ ਉੱਤੇ ਜਾ ਭਰਾਵੋ ਮੈਂ ਤਾਂ ਇੰਨੀ ਫੜਤੀ ਨਾਲ ਪੇਚਾ ਪਾਇਆ ਹੱਥ ਵੀ ਨਹੀਂ ਆਇਆ ਉਹ ਨਾਲ ਹੀ ਲੈ ਗਿਆ ਲਾਈ ਜਾਂਦਾ ਬੰਦਾ ਪਤੰਗ ਹੀ ਨਾਲ ਲੈ ਗਿਆ ਹਨਾ ਤੋੜ ਦੇ ਓਏ ਵੈਸੇ ਵੀ ਉਹਨੂੰ ਉੱਤੇ ਲਪੇਟੀ ਵੀ ਤਾਂ ਲੈਣੀ ਨੀ ਹਨਾ ਕੀ ਹੋ ਗਿਆ ਡੋਰ ਵੱਟਦੀ ਨੀ ਹੈ ਹੀ ਨੀ ਹੋਰ ਡੋਰ ਹੋਰ ਕਿਤੇ ਚੱਲ ਗਿਆ ਫਿਰ ਹੋਰ ਕੋਈ ਰੱਖ ਲੂ ਬੰਦਾ ਹੋਰ ਕੋਈ ਕਿਉਂ ਕਹਿ ਨਹੀਂ ਸਕਦੇ ਯਾਰ ਕੀ ਪਤਾ ਲੈ ਲੈ ਕੀ ਨੂੰ ਪੁੱਛਣਾ ਪੈਣਾ ਓਏ ਆਇਆ ਤੈਨੂੰ ਇੱਕ ਬੰਦੇ ਕੋਲ ਆ ਜਾ ਓਏ ਸਹੀ ਸਹੀ ਦੱਸ ਜਿਹੜੀ ਕੱਲ ਡੋਰ ਲਗਾਈ ਸੀ ਕਿਵੇਂ ਆ ਤੇ ਜਿਹੜੀ ਹੁਣ ਲਿਆਂਦੀ ਆ ਤੇ ਕੱਲ ਵਾਲੀ ਵਿੱਚ ਆਪਾਂ ਰਖਾ ਕੇ ਨਹੀਂ ਆਏ ਹਨਾ ਮੋੜਦੇ 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 ਬਾਬੇ ਸਰਾ ਡੋਰ ਆ ਪੂਰੀ ਹੋਣ ਵਾਲੀ ਅੱਛਾ ਨਜ਼ਾਰੇ ਆ ਫੁੱਲ ਤੇ ਹੁਣ ਅਸੀਂ ਕੀ ਕਹਿੰਦੇ ਲੋਹੜੀ ਵਾਲੇ ਤੇ ਲੈ ਕੇ ਆਵਾਂਗੇ ਉਹ ਗੱਟੂ ਮੋੜ ਕੇ ਹਨਾ ਉਹ ਜਿਹੜਾ ਹੁਣ ਵੇਖ ਕੇ ਆਇਆ ਉਹ ਵੀ ਘੈਂਟ ਸੀਗਾ ਵਾਹ ਠੀਕ ਆ ਓਕੇ ਤੂੰ ਕਹਿਣੀ ਕਿ 2 ਮਿੰਟ ਯਾਰ ਨਾ ਨਾ ਬਾਈ ਕੰਟਰੋਲ ਨਹੀਂ ਹੋ ਰਿਹਾ ਨਵੀਂ ਨਵੀਂ ਡੋਰ ਲਿਆਂਦੀ ਆ ਤੱਤੇ ਕਾਲੇ ਵਾਲੇ ਆ ਵੱਡੇ ਚਾ ਪਤਾ ਇਹਨੂੰ ਚੜਾਉਣ ਤੋਂ ਪਹਿਲਾਂ 2-4 ਰੀਲਾਂ ਰੂਲਾਂ ਬਣਾਉਣੀਆਂ ਆਪਾਂ ਠੀਕ ਆ ਬਾਈ ਮੈਂ ਬਣਾਉਣੀ ਹੁਣ ਨਾਲ ਦੇ ਰੀਲ ਵਾਹ ਠੀਕ ਆ ਠੀਕ ਆ ਹੁਣ ਮੇਰੀ ਰੀਲ ਬਣੀ ਨਹੀਂ ਵੱਡੀ ਸਾਰੀ ਪਾਲੀ ਤਲਾ ਇਹ ਤਾਂ ਬੰਦਾ ਫੇਮਸ ਹੋ ਚੁੱਕਾ ਜੀ ਹਨਾ ਹੋਰ ਬਾਈ ਸਿਰਾ ਬੰਦਾ ਇਹ ਤਾਂ ਯਾਦ ਜੀ ਰਵੇ ਪਤੰਗ ਆਪਾਂ ਤਾਂ ਨਹੀਂ ਲੈ ਕੇ ਆਉਂਦੇ ਸਾਨੂੰ ਲੇਟ ਬੜਾ ਹੋ ਗਏ ਗਾਈਸ ਅਸੀਂ ਤੇ ਡੋਰ ਚੈੱਕ ਕਰੋ ਮੜੀ ਜੀ ਡੋਰ ਦੇਖੋ ਸਾਨੂੰ ਬਹੁਤ ਔਖੀ ਮਿਲੀ ਆ ਸੱਚੀ ਦੱਸਾਂ ਤਾਂ ਸ਼ੂ ਮੰਤਰ ਸਾਡੀ ਆ ਡੋਰ ਵੀ ਵਿੱਚ ਰੱਖੀ ਦੀ ਸੀਗੀ ਪਰ 500 ਰੁਪਇਆ ਪੈਂਦਾ ਸੀ ਵਿੱਚ ਹਾਂ ਤੇ ਮੇਰੇ ਕੋਲੇ ਰੁਪਇਆ 2 ਸੀ ਰਹਿ ਗਿਆ ਪੇਟੀਐਮ ਕਰੋ
ਤੇ ਆਹ ਡੋਰ ਦੇਖੋ ਬਾਈ ਇੱਕ ਬਾਈ ਕਹਿੰਦਾ ਸੀ ਬਾਈ ਮੈਂ ਤੈਨੂੰ ਭੇਜ ਦਿੰਦਾ ਮੈਨੂੰ ਐਡਰੈਸ ਦੇ ਦੇ ਆਪਦਾ ਆਹ ਧਾਗਾ ਡੋਰ ਮੋਨੋਕਾਈਡ ਦੀ ਓਰੀਜਨਲ ਆ ਕੀ ਚੈੱਕ ਫੋਰ ਲੱਕੀ ਕੂਪਨ ਇਹਨਾਂ ਦਾ ਇੱਥੇ ਲੱਕੀ ਕੂਪਨ ਵੀ ਹੁੰਦਾ ਏ ਸਾਰਾ ਵਧਾ ਦਿਓ ਫਿਰ ਕੀ ਪਤਾ ਇੱਕ ਉਹ ਫ੍ਰੀ ਮਿਲਦਾ ਹੋਵੇ ਇਹਦੇ ਤੇ ਐਵੇਂ ਪੱਤਰੋ ਲੱਕੀ ਕੂਪਨ ਚ ਕੀ ਆਹ ਸੇ ਵੱਡਾ ਵਧਾ ਕੇ ਚੜਾਉਣ ਲੱਗਿਆ ਉਹ ਕਹਿੰਦਾ ਤੂੰ ਡਾ ਉਹ ਕਹਿੰਦਾ ਮੈਂ ਡਾ ਮੁਸ਼ਕਲ ਆ ਕੰਮ ਤੁਹਾਡੇ ਲਈ ਲੋਕਾਂ ਨੇ ਬਨੇਰੇ ਢਾਈ ਜਾਂਦੇ ਆ ਵੇਖੋ ਹਿੱਲੇ ਦੇ ਲੈ ਓਏ ਹੈਪੀ ਕਾਮਯਾਬ ਹੋ ਗਿਆ ਖਿੱਚ ਵੇਖੋ ਬਾਈ ਖਿੱਚ ਕਿੰਨੀ ਕਾਪੀ ਵੀਰੇ ਅੱਛਾ ਓ ਚੜਾ ਕਹਿੰਦੇ ਵੀਰੋ ਵੇਖੋ ਲੈ ਓਏ ਸਿਰਾ ਗੱਲ ਵਾਲਾ ਪੂਰੀ ਸਹੀ ਗੱਲ ਆ ਸੱਚੀ ਲੈ ਜੂ ਲੈ ਗੱਟੂ ਦਾ ਕੀ ਹਾਲ ਕਰੀ ਜਾਂਦੇ ਹੋ ਤੁਸੀਂ ਯਾਰ ਹੈਪੀ ਵੀਰੇ ਕਿੰਨਾ ਕ ਸਿਰਾ ਮਾਹੌਲ ਬਣਿਆ ਵਾ ਬਾਈ ਪਤੰਗ ਵੀ ਵੇਖੋ ਗਾਈਸ ਕਿੰਨਾ ਟਕਮਾ ਪੇਚਾ ਕਹਿੰਦੇ ਵੀਰੋ ਪੈ ਗਿਆ ਏ ਟਕਮਾ ਲਾ ਦੇ ਵੀਰੇ ਟਕਮਾ ਲਾ ਦੇ ਕਹਿੰਦੇ ਗਾਈਸ ਪੇਚਾ ਪੈ ਚੁੱਕਾ ਏ ਚਿੜੀ ਜੀ ਲੱਗਦੀ ਹੈ ਬਾਜ ਮੂਰੇ ਚਲੇ ਆਈਬੇ ਉਹ ਵਰਤਾ ਗਾਈਸ ਵੇਖੋ ਚੱਲ ਆ ਭੰਗੜੇ ਪੈ ਰਹੇ ਨੇ ਸਿਰਾ ਸਿਰਾ ਗੱਲਬਾਤ ਕਹਿੰਦੇ ਗਾਈਸ ਪੂਰੀ ਸਿਰਾ ਹੋ ਰਹੀ ਆ ਐ ਹੈ ਐ ਡੋਰ ਵੇਖੋ ਗਾਈਸ ਬਾਈ ਸਾਡੇ ਰੇਡ ਨਾ ਮਾਰ ਲਿਓ ਬਾਈ ਅਸੀਂ ਤਾਂ ਕਿਸੇ ਯਾਰ ਮੇਰੇ ਤੋਂ ਖੋ ਕੇ ਲੈ ਕੇ ਆਏ ਸੋਹ ਲੱਗੇ ਸਹੀ ਗੱਲ ਆ ਬਾਈ ਅਨੂ ਨੂੰ ਚੱਕ ਲਓ ਚੱਕਣਾ ਬਹੁਤ ਘੈਂਟ ਆ ਯਾਰ ਆ ਵੀ ਪਾੜਦੇ ਨੇ ਕੀ ਕੀ ਇਹ ਟੋਪੇ ਟੋਪੇ ਇਹਦੇ ਵਾਂਗੂ ਉੜਦਾ ਨੀ ਧੋਂਦੀ ਬਾੜੀ ਗਾਇਸ ਹੋ ਗਈ ਤੇ ਆ ਪੇਚਾ ਲਾ ਉਹਦੇ ਨਾਲ ਪੇਚਾ ਲਾ ਫੇਰ ਲਾਉਣਾ ਪੇਚਾ ਲਾ ਪਹਿਲਾਂ ਪੇਚਾ ਲਾ ਗਰੀਬ ਕੀ ਕਰੇ ਥੱਲੇ ਲਾ ਲਓ ਛੋਟਾ ਡਾ ਲਓ ਗਾਇਸ ਹੁਣ ਤਾਂ ਮੈਨੂੰ ਵੀ ਥੋੜਾ ਥੋੜਾ ਚੜਾਉਣ ਆ ਗਿਆ ਚੜਾਇਆ ਵੀ ਤੁਹਾਡੇ ਸਾਹਮਣੇ ਮੈਂ ਹੀ ਆ ਤੇ ਪੇਚਾ ਵੀ ਲਾ ਲਿਆ ਆਪਾਂ ਇੱਕ ਇਹਦੇ ਨਾਲ ਵੱਡੇ ਨਾਲ ਇੱਕ ਵੜਤਾ ਨਾ 2 ਰੁਪਈਆਂ ਵਾਲਾ ਪਤੰਗ ਜਿਹਾ ਵਿਚਾਰਾ ਖਿੰਦਾ ਸੀਗਾ ਤੇ ਉਹਨੂੰ ਤਾਂ ਉਹ ਮਾਰਿਆ ਲਾ ਕੇ ਹੁਣ ਤਾਂ ਅੱਜ ਲਈ ਡਰਾਈਵਰੀ ਮੋੜਨਾ ਮਾੜਨਾ ਵੀ ਆ ਗਿਆ ਚੜਾਉਣਾ ਵੀ ਆ ਗਿਆ ਤਲਾਵਾਂ ਤਲੂਆਂ ਪਾਉਣੀਆਂ ਮੈਨੂੰ ਪਹਿਲਾਂ ਹੀ ਆਉਂਦੀਆਂ ਸੀ ਕਿਹੜਾ ਉਹ ਵੇਖੋ ਗਾਈਸ ਜਮਾਂ ਸਿੱਧਾ ਸਿਰ ਤੇ ਹੋ ਗਿਆ ਜਮਾਂ ਸਿੱਧਾ ਸਿਰ ਤੇ ਆਏ ਧੌਣ ਚ ਵਾਰ ਪੈ ਜਾਣਾ ਲਪੇਟ ਲਾ ਇਹਨੂੰ ਫਿਰ ਕਹਿੰਗਾ ਖਰਾਬ ਹੋ ਗਈ ਨਵਾ ਲਿਆ ਦੇ ਉਹ ਭਰਾਵਾ ਪਤਾ ਨੀ ਹੁੰਦਾ ਗਾ ਉਹ ਪਲਾਸਟਿਕ ਵਾਲੀ ਦਾ ਬਾਈ ਛੋਟਾ ਮੋਟਰ ਲੈ ਲਿਆ ਸੀ ਗੋ ਇੰਡੀਆ ਗੋ ਦਾ ਉਹਨੇ ਹੁਣ ਦਿਖਾਇਆ ਸਾਨੂੰ ਠੀਕ ਆ ਬੰਦੇ ਨੇ ਉਹ ਸੀਗਾ ਕੌਣ 800 ਪਤਾ ਨੀ 900 ਰੁਪਈਏ ਦਾ ਸੀ ਤੇ ਬਾਈ ਉਹਦੀ ਡੋਰ ਕਿਆ ਬਾਤ ਆ ਇਹਦੇ ਅਰਗੀ ਸੀਗੀ ਹਨਾ ਮੋਨੋਕਾਈਟ ਅਰਗੀ ਉਹ ਦੇਖਦੇ ਆ ਕੀ ਹੋ ਗਿਆ ਲੈਂਦਾ ਕਿਉਂ ਨੀ ਕਹਿੰਦਾ ਲੈਂਦਾ ਨੀ ਓ ਬਾਲਾ ਕਾ ਬਜਟ ਹੈ ਆ ਗਿਆ ਗਾਈਸ ਸਿਰ ਤੇ ਆ ਗਿਆ ਆਪਣੇ ਤਾਂ ਹੁਣ ਕਿੱਥੇ ਗਿਆ ਤੂੰ ਨਾ ਨਾ ਨਾਲ ਉੱਡ ਜੀ ਮਿਲਦਾ ਤੇ ਨਾਲ ਉੱਡੂਗਾ ਏ ਹੈ ਤਾਂ ਜਰਮਾ ਵੀ ਨਹੀਂ ਆਪਾਂ ਲੱਗਣਾ ਜਾ 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 ਓਏ ਜਾ ਕੇ ਕੈਨੇਡਾ ਹੀ ਉਤਰੀ ਓਏ
ਡੋਰ ਨਾ ਖਰਾਬ ਕਰ ਲਿਓ ਹੁਣ ਤੁਸੀਂ ਹੁਣ ਉੱਠਣਾ ਹੀ ਪੈਣਾ ਮੇਰੇ ਹਿਸਾਬ ਨਾਲ ਚੂਪਰ ਹੁਣ ਪੇਚਾ ਪੂਚਾ ਲਾ ਕੇ ਆਊ ਓਏ ਮੈਂ ਲਾਊਂਗਾ ਪੇਚਾ ਬਾਈ ਇੱਕ ਤਾਂ ਡੋਰ ਸਾਰੇ ਕਿਤੇ ਖਲਾਰੀ ਪਈ ਆ ਬਾਕੀ ਇਹ ਨਾ ਡੋਰ 'ਚ ਉਹ ਵਾਲਜ ਨਹੀਂ ਪੈਂਦੇ ਯਾਰ ਆਹ ਚੀਜ਼ ਵਧੀਆ ਨਜ਼ਾਰਾ ਅਸੀਂ ਇਹ ਐਂ ਜਿਹੀ ਪਈ ਆ ਇਕੱਠੀ ਜਿਹੀ ਹੋਈ ਡੋਰ ਵਧੀਆ ਯਾਰ ਇਹ ਤੁਸੀਂ ਵੀ ਕਿਹਾ ਸੀਗਾ ਕਿ ਉਹ ਲੈ ਕੇ ਆਇਓ ਗੋਲਡ ਗੋਲਡ ਉਹ ਸਾਨੂੰ ਮਿਲੀ ਨਹੀਂ ਗੀ ਠੀਕ ਆ ਅਤੇ ਠੰਡ ਕਾਫੀ ਹੋ ਗਈ ਉਹ ਇੱਧਰ ਚੜ੍ਹ ਪਿਆ ਵੱਡਾ ਚੜ੍ਹ ਪਿਆ ਪਤਾ ਕੋਈ ਉਹਨਾਂ ਨੇ ਫੁੱਟ ਇਹ ਆਪਣਾ ਹਾਂ ਉਹ ਇਹਦੇ ਨਾਲ ਵੱਡਾ ਲਾ ਇਹ ਵੱਡਾ ਲਾ ਵੱਡੇ ਨਾਲ ਇਹਦੇ ਨਾਲ ਛੋਟੇ ਨਾਲ ਹੀ ਚੱਕ ਦੇਗਾ तीन पे कहते गली तो लटेरा मित्रो नहीं जी आप ही कही चाके लै गया सारे चोरी का भी नहीं क्या लुटदा है ना हाँ, लुटने वाला की हुंदा लुटेरा ते बस फिर लुटेरा ना तू वह ठीक है पंग वाला लुटेरा हाँ डोर वेखो कि जा रही है ਲੈਣ ਦੇ ਪੰਗਾ ਜਿਵੇਂ ਲੈਂਦਾ ਆੜਦੀ ਆ ਇਧਰਲੇ ਪਾਸੋਂ ਆੜਦੀ ਆ ਦੂਜਾ ਪਾਸਾ ਡੋਰ ਛੱਡੋ ਵੇਖੋ ਗਾਇਸ ਡੋਰ ਕਿਵੇਂ ਜਾਂਦੀ ਆ ਓਏ ਵੇਖੋ ਗਾਇਸ ਪੇਚਾ ਪਾਉਣਾ ਸੀ ਉਹ ਚਿੱਟੇ ਪਤੰਗ ਵਾਲੇ ਨਾਲ ਬਾਲੀ ਦੂਰ ਆ ਓਏ ਬਾਲੀ ਦੂਰ ਆ ਦੀਂਦੇ ਤਾਂ ਸਾਨੂੰ ਆਏ ਨਹੀਂ ਵੀਡੀਓ 'ਚ ਕੀ ਦੇਖਣਗੇ ਮਿੱਤਰੋ ਹੁਣ ਡਰਾਈਵਰ ਹੀ ਦੇਖੋ ਤੁਹਾਡੇ ਬਾਈ ਦੀ ਆਉਣ ਦੋ ਆਉਣ ਦੇ ਉਹਨੂੰ ਆਉਣ ਦੀਆਂ ਕਿ ਆਪਾਂ ਲਾਈਏ ਆਪਾਂ ਲਾਈਏ ਉਤਲਾ ਭਾਰੀ ਬਾਤ ਤੂੰ ਬਾ ਠੀਕ ਆ ਕਿੱਥੇ ਹੈ ਬੰਦਾ ਵੇਖ ਕਿੱਥੇ ਉਹਨੂੰ ਥਾਪੀ ਵੀ ਮਾਰਨੀ ਆ ਥਾਪੀ ਉਹਨੂੰ ਦਿਸਣੀ ਨਹੀਂ ਹੋਰ ਆ ਵੀ ਉਹ ਥੱਲੇ ਆ ਉਹ ਹਾਂ ਕਹਿੰਦੇ ਗਾਈਸ ਉਹ ਰਹੇ ਬੰਦੇ ਸਾਹਮਣੇ ਬਲਦੀਪ ਆ ਸਾਡਾ ਬੰਦਾ ਇਧਰ ਵਾਜਾ ਮਾਰੀ ਜਾਂਦਾ ਇੱਕ ਦੂਜੇ ਨੂੰ ਅਸਤਾਜ ਜੀ ਨੂੰ ਨਾ ਫੜਾ ਦੇਗੇ ਲੱਸੀ ਹੋਊਗੀ ਨਹੀਂ 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 ਐ ਵੇਖ ਵੇਖ ਨਹੀਂ 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 ਪਾ ਲਓ ਯਾਰ ਪੁਰਾਣੀ ਯਾਰ ਕੋਈ ਤਾਂ ਵੇਖੀ ਵੇਖੀ ਯਾਰ ਬਾ ਕੀ ਹੋਇਆ ਗਾਈਸ ਲੈ ਹੈਪੀ ਵੀਰ ਵੀਰੇ ਦੀ ਤਾਂ ਕੋਈ ਬੈਂਜੋ ਹੀ ਨਹੀਂ ਕਹਿੰਦੇ ਆ ਆ ਉਹ ਤੇਰੀ ਭੈਣ ਨੂੰ ਅੜੀ ਕਹਿੰਦੇ ਗਾਈਸ ਪੇਚਾ ਪੈਣ ਜਾ ਰਿਹਾ ਏ ਓਏ ਅੜਦੀ ਪਈ ਆ ਖੜ ਜਾ ਮਾਰੇ ਵਿੱਚੋਂ ਖੜ ਮਾਰੇ ਚੱਲ 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 ਆਏ 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 ਸਹੀ ਆ की करी जाने यार वेखो गाइस पेचा पैन वाली है बस पऊगा के नहीं पऊगा ਮੈਨੂੰ ਤਾਂ ਲੱਗਦਾ ਪਿਆ ਵਾ ਪੇਚਾ ਯਾਰ ਹੁਣ ਪਊਗਾ ਗਾਇਸ ਪੈ ਗਿਆ ਓਏ ਪੈ ਗਿਆ ਗਾਇਸ ਕਿੰਨੇ ਟੀ ਮਾਰ ਲਿਆ ਆਪਾਂ ਤਾਂ ਉਹਨੂੰ ਸਿੱਧੂ ਮੂਸੇ ਵਾਲਾ ਚੱਲੂਗਾ ਕਿ ਨਹੀਂ ਟੱਲ ਮਾਰ ਯਾਰ ਸਾਲਾ ਪੇਚਾ ਤਾਂ ਹੁਣ ਪਿਆ ਥਲੜਲਾ ਥਲੜਦਾ ਪਾਇਆ ਹਾਂ ਪੈ ਗਿਆ ਵੀ ਉਹ ਟੱਲ ਹੀ ਨਹੀਂ ਮਾਰੀ ਯਾਰ ਇਹਨੇ ਲੁੱਟ ਲੱਗ ਜਾ ਨਾਲ ਹੀ ਆ ਕੀ ਹੋ ਗਿਆ ਗਾਇਸ ਬੇਟਾ ਗਲਤ ਪੈ ਗਿਆ ਜੀ ਨਾ ਭਾਈ ਯਾਰ ਮੈਂ ਵਧੀਆ ਮੈਂ ਵੱਢ ਵੀ ਲੈਣਾ ਸੀਗਾ ਅਗਲੇ ਤਰਾਵਾ ਪਾ ਡਵੇੜ ਤੂੰ ਡਵੇੜ ਅਲੱਗ ਤਰੀਕਾ ਓਏ ਐ ਡੈਕ ਚੱਲੇ ਆ ਡੈਕ ਚੱਲੇ ਅਰੇ ਫੜਾ ਆਏ ਕਿਵੇਂ ਫੜਾ ਐਸੇ ਕੈਸੇ ਮੜਾ ਇੱਕ ਕਰੀ ਹੋਰ ਪੋਜੋ ਜੇ ਕਿਵੇਂ ਜਬ ਤੰਗ ਹਾਂ ਟੱਟੀ ਸਟਾਈਲ ਇਹ ਤੋ ਕਹਿੰਦਾ ਵੀਰੋ ਪੇਚਾ ਪੈ ਚੁੱਕਾ ਏ ਪੇਚਾ ਨਾ ਪੈ ਗਿਆ ਥੱਲੇ ਕਿਸੜੀ ਜਾਂਦੀ ਆ ਵਧਾਉਣਾ ਪੜਾ ਹੈਪੀ ਵੀਰਾ ਵੇਖ ਲੋ ਡੋਰ ਚੱਕਣ ਦੀ ਸਕੀਮ ਚ ਉਹਨਾਂ ਦੇ ਹੱਥ ਕੋਲੋਂ ਪੇਚਾ ਚੱਕਣ ਜਾ ਰਿਹਾ ਏ ਇਹ ਕਹਿੰਦਾ ਸਾਡੇ ਡੋਰ ਨਾ ਜਾਵੇ ਇਹ ਬੰਦਾ ਸਕੀਮੀ ਆ ਇਹ ਬੰਦਾ ਸਕੀਮੀ ਆ ਲਾਈ ਹੋਈ ਜਾਂਦਾ ਤੇ ਮੈਂ ਡੋਰ ਲੁੱਟੀ ਹੋਈ ਆ ਨਾ ਆ ਧਰਨ ਦੇ ਉੱਚਾ ਕਹਿੰਦਾ ਮੇਰੇ ਹਵਾ ਨੂੰ ਤੂੰ ਤਾਂ ਲਾ ਮਰ ਚਲੀ ਸਪੀਡ ਆ ਨਾ ਹਾਂ ਪਰ ਮੇਰੇ ਬਾਹਾਂ ਬੂਹਾਂ ਚ ਯਾਰ ਜਾਂਦੀ ਡੋਰ ਗੰਡ ਵੀ ਆ ਹੋ ਰਹੀ ਆ ਆਪਣੀ ਨਵੇਂ ਡੋਰ ਚ ਫੇਰ ਗੰਡ ਪਾ ਦੀ ਸਾਡੇ ਬੰਦੇ ਆ ਦੇਖ ਬੰਦੇ ਨੂੰ ਡੋਰ ਦਿਖਾ ਦੇ ਬੰਦੇ ਨੂੰ ਆ ਦੇਖੋ ਗਾਇਸ ਬੰਦੇ ਨੂੰ ਡੋਰ ਦੇਤੀ ਅਸੀਂ ਲਟੇਰੇ ਨੂੰ ਕਿੰਨੀ ਡੋਰ ਦੇਤੀ ਵੇਖੋ ਕਿੰਨੀ ਡੋਰ ਦੇਤੀ ਅਸੀਂ ਪਤੰਗ ਵੀ ਦੇ ਗਏ ਹੁਣ ਰੰਗ ਦਾ ਆਪਣੇ ਚਾਰ ਲੈ ਗਿਆ ਖੇਤ ਚੋਂ ਪੜ ਚੱਲੀ ਕਰੇ ਮੋਏ ਚਾਰੇ ਪਤੰਗ ਇੱਕ ਦੇ ਦੇ ਸਾਨੂੰ ਯਾਰ ਇੱਕ ਬਾਲਾ ਟੈਗ ਮਾਰ ਓਏ ਡੱਬਾ ਫਰੀਦ ਲੈ ਦੇ ਚੜੇ ਤਾਂ ਹੈ ਨਹੀਂ ਵਟਾ ਕਿਹੜੇ ਵੇਲੇ ਸਾਹ ਦੇਖੋ ਸਾਡੇ ਕੋਲੇ ਸਿਰਫ ਤਿੰਨ ਪਤੰਗ ਹੀ ਰਹਿ ਗਏ ਇੱਕ ਹੈਪੀ ਗੋਲਡ ਸਮਿਥ ਵਾਲਾ ਤੇ ਦੋ ਆ ਰਹਿ ਗਏ ਉਧਰ ਵੇਖੋ ਗਾਇਸ ਪੇਚਾ ਵੀ ਪਾਈ ਜਾਂਦਾ ਏ ਆਉਣ ਦੇ ਉਹਨੂੰ ਤਾਉ ਤਾਉ ਪਾਵਾਂਗੇ ਆਪਾਂ ਤਾਂ ਰੱਖ ਮੇਰੇ ਸਾਲੇ ਨੂੰ ਡੋਰ ਛੱਡਣ ਦੀ ਲੋੜ ਆ ਆਪਾਂ ਨੂੰ ਤਾਂ ਦਾ ਜਾਂਦਾ ਖਿੱਚ ਬਹੁਤ ਆ ਏ ਉਹ ਦੇਖੋ ਗਾਇਸ ਪੇਚਾ ਜਮਾਂ ਨੇੜੇ ਹੀ ਆ ਕੰਮ ਨੇੜੇ ਕਿੱਥੇ ਆਪਣਾ ਪਤਾ ਕਿੱਥੇ ਹੋ ਰਿਹਾ ਹੈਪੀ ਜੀ ਉਹ ਪੇਚਾ ਪੈਣ ਲੱਗਾ ਵਾ ਹੁਣ ਤਾਂ ਕੰਮ ਖਾਤਾ ਗਾਇਸ ਪੇਚਾ ਪੈਣ ਲੱਗਾ ਏ ਮੜਾ ਤਾਂ ਚੱਕੀ ਪਤੰਗ ਰਹਿੰਦੇ ਉਹ ਰੱਖੀ ਗਾਇਸ ਕੋਈ ਦੱਸ ਹੀ ਨਹੀਂ ਰਿਹਾ ਯਾਰ ਤੌਣ ਦੀ ਬਾਲੀ ਹੋ ਗਈ
ਟੈਲ ਮਾਰੀ ਚੱਲ ਹੈਪੀ ਯਾਰ ਮੇਰੇ ਆਫਾ ਦਾ ਟੈਲ ਨਹੀਂ ਵਾਜਦੀ ਬਈ ਇੱਧਰ ਵੱਜੂਗੀ ਵੱਜੂਗੀ ਮੈਨੂੰ ਜ਼ੋਰ ਲੱਗਿਆ ਪਿਆ ਮਿੱਤਰੋ ਇੱਧਰ ਦੇਖੋ ਗਾਇਸ ਕੀ ਹੋ ਰਿਹਾ ਹੈ ਸ਼ਾਮ ਦਾ ਟਾਈਮ ਆ ਗਾਇਸ ਧੁੰਦ ਵੀ ਬਹੁਤ ਹੋ ਗਈ ਹੈ ਪੇਚਾ ਵੀ ਪੈ ਚੁੱਕਾ ਹੈ ਓਏ ਆਪਣੀ ਡੋਰ ਬਹੁਤ ਨਹੀਂ ਕੁਝ ਵੀ ਹੋ ਸਕਦਾ ਹੈ ਗਾਇਸ ਕੀ ਕਹਿ ਸਕਦੇ ਆ ਟੈਗਮਾ ਲਾ ਨਾ ਯਾਰ ਪੇਚਾ ਟੈਲ ਮਾਰੀ ਚੱਲ ਯਾਰ ਬਈ ਡੋਰ ਨਹੀਂ ਵੀ ਪੈ ਗਈ ਕੋਹ ਨਹੀਂ ਹੁੰਦਾ ਹੁਣੇ ਪਹਿਲਾਂ ਹੀ ਹੋਰ ਪਰੇ ਮੰਗਾ ਲਈ ਉਹ ਕਹਿੰਦਾ ਉਹ ਵੇਖੋ ਗਾਇਸ ਤੰਗ ਕਿੱਥੇ ਲੱਗੇ ਨੇ ਸਾਡੇ ਹੋਰ ਲੈ ਆਂਦਾ ਉਹ ਕਹਿੰਦਾ ਵੱਡਿਆ ਜਾਣਾ ਇਹਦਾ हो गया गाइस वेखो आए हाय गाइस लस्सी हो गई लस्सी हम वेखो मुंडा नू भाजड़ा पै चुकिया ने की हो गया मुंडे पेचा पाउन लग गया पतंग भी नहीं गाइस हम पतंग भी नहीं दिसनों हट गए अपा मर गया गाइस थोनू पतंग मेरे ख्याल च नहीं दस रहा होना माड़ा मोटा दस रहा होना ਬਟ ਪਤੰਗ ਹੁਣ ਜਮਾਂ ਹੀ ਦਿਸਨੋਂ ਹਟ ਗਏ ਓਏ ਲੈ ਤਾਂ ਨਹੀਂ ਕਿ ਕੋਣ ਕੇ ਜੇਬ ਚ ਪਾ ਕੇ ਜੇਬ ਚ ਨਹੀਂ ਵੈਂਦਾ ਉਹ ਫੜ ਲੋ ਗੱਟੂ ਬਾਈ ਜੀ ਹੈਪੀ ਵੀਰੇ ਕੀ ਹੋ ਗਿਆ ਹੁਣ ਪਤੰਗ ਦਿਸਨੋਂ ਹਟ ਗਿਆ ਮੈਨੂੰ ਤਾਂ ਦੀਦਾ ਹੀ ਕੁਛ ਨਹੀਂ ਨਿਗਾਹ ਪਾਟੀ ਜਾਂਦੀ ਹੈ ਮੇਰੀ ਦੂਰਬੀਨ ਲਈਏ ਕਿ ਸਰ ਜੂਗਾ ਉਹ ਹੈਪੀ ਹੋਣੇ ਮੈਂ ਲੱਗ ਰਿਹਾ ਯਾਰ ਆ ਬੋਲਾ ਯਾਰ ਪਹਿਲੀ ਬੰਦਾ ਯਾਰ ਕੀ ਗੱਲ ਹੈ ਲੈਣੀ ਹੈ 500 ਦੀ ਮੇਰੇ ਗੋਂਡੇ ਕੋ ਹੈ ਕਿੱਥੇ ਨੂੰ ਦੇਖੀ ਨਹੀਂ ਉਹ ਭਾਈ वेखो गाइस छोटा छोटू लाल अपना पेचा ला लिया है ओ फड हुण हैप्पी वीरे पतंग फड ला ले जावा उठे गया काम पेचा लाके ते ना फड ले पेचा फिर तो तू वड के दे देगा वीरे पहले खिच्चा मारी ऐसी तुसी ऐ तो ना ना खिच खुच नहीं ए ता किसे काम दी नहीं एदे कोले खड़े यार हैप्पी खिच्चा ला ला के अक चुके ने हैप्पी दा मोड़दा ही नहीं छोटू इन्हे फिर ऐतकी मेरे हथो फड़ लिया मंग पाई सी मेरी ਵਿੱਚ ਮੰਗ ਪਾ ਕੇ ਤੂੰ ਫੜਦਾ ਤੇ ਤੂੰ ਵੜਾ ਦਿੰਦਾ ਮੈਨੂੰ ਲਾ ਦਿੰਦੇ ਕੀ ਗੱਲ ਏ ਕਿੰਨੇ ਪਤੰਗ ਮਗਰ ਰਹਿ ਗਏ ਤੂੰ ਆਇਓ ਗਾਇਸ ਤੁਹਾਨੂੰ ਪਤੰਗ ਵਿਖਾਈਏ ਓਏ ਇੱਚ ਤਲਾਵਾ ਪਾ ਤਲਾਵਾ ਪਾ ਤਲਾਵਾ ਪਾ ਤਲਾਵਾ ਪਾ 295 295 ਦੇ ਤਲਾਵਾ ਪਾ ਓ ਯਾਰ ਪਾਟਿਆ ਇਹ ਰਹਿਣ ਦੋ ਯਾਰ ਵੱਡੇ ਚ ਪਾ ਵੱਡੇ ਚ ਪਾ ਪਾਈਆਂ ਵੀ ਗਈਆਂ ਬੰਨ ਹੋਏ ਤੇ ਨਾ ਡੋਰ ਓਏ ਮੈਂ ਚੜਾਉਂਦਾ ਗੋਲਡੇ ਕੋ ਫੜ ਲੋ ਵੱਡੀ ਰਹੀ ਕਹਿੰਦੇ ਗਾਇਸ ਉਹ ਵੇਖੋ ਪਤੰਗ ਸਾਡਾ ਪੂਰੀ ਉੱਚੀ ਹੋ ਗਿਆ ਹਵਾ ਚ ਮਿੱਤਰੋ ਆ ਪਤੰਗ ਤਾਂ ਹੈ ਤਾਂ ਨਜ਼ਾਰਾ ਪਰ ਹਨੇਰਾ ਬੜਾ ਹੋ ਗਿਆ ਸੀ ਪੇਚਾ ਲਾਉਣਾ ਸੀਗਾ ਕਹਿੰਦੇ ਗਾਇਸ ਉਹ ਆ ਗਿਆ ਪਤੰਗ ਯਾਰ ਕੀ ਫਾਇਦਾ ਇੰਨਾ ਵਧੀਆ ਹੁਣ ਸਾਲੀ ਖਿੱਚ ਵੀ ਪੈਣ ਲੱਗ ਗਈ ਬਾਲੀ ਜ਼ਿਆਦਾ ਖਿੱਚ ਪੈਣ ਲੱਗ ਗਈ ਹੁਣ ਤਾਂ ਹਨੇਰਾ ਬੜਾ ਹੋ ਗਿਆ ਡੋਰ ਵੀ ਨਹੀਂ ਦਿੰਦੀ ਅੱਗੇ ਹੱਥੋਂ ਛੁੱਟ ਗਈ ਸੀ ਡੋਰ ਲੱਭੀ ਇਹਨਾਂ ਕਿ ਡੋਰ ਕਿੱਥੇ ਪਤੰਗ ਦੀ ਸਾਨ ਲੱਗੇ ਕਿਤੇ ਟੁੱਟ ਹੀ ਗਈ ਤੇ ਅੱਜ ਪੇਚੇ ਪੂਜੇ ਵਾਲੇ ਨਹੀਂ ਲੱਗੇ ਕਿਉਂ ਅੱਜ ਉੱਡੇ ਹੀ ਨਹੀਂ ਯਾਰ ਤੇ ਜੇ 8-9 ਪਤੰਗ ਅਸੀਂ ਊਂ ਵਢਾਤੇ ਆ ਵੱਡੇ ਕਿੰਨੇ ਆ ਤਿੰਨ ਕੇ ਵੱਡੇ ਆ ਪਤੰਗ ਨਾ ਬਾਲੇ ਨਹੀਂ ਮਿੱਤਰੋ ਪੰਜ ਤਾਂ ਵੱਡੇ ਆ ਯਾਰ ਨਹੀਂ 3-4 ਹੀ ਵੱਡੇ ਆ ਸੀਰੀਅਸ ਦੱਸਾਂ ਇੱਧਰ ਕੈਮਰੇ 'ਚ ਦੇਖ ਲਿਆ ਕਰ ਸਕਰੀਨ ਦੇ ਵਿੱਚ ਸੋ ਵੱਡੇ ਅਸੀਂ ਆ ਫਿਰ ਤੇ ਹੀ ਆ ਗਿਆ ਨਾ ਦੇਖੋ ਗਾਇਸ ਟੰਗ ਹੀ ਥੱਲੇ ਲਾ ਲਿਆ ਹੁਣ ਆ ਗਿਆ ਸਾਡਾ ਹੈਪੀ ਗੋਲਡ ਸਮਿਥ ਵਾਪਸ ਜਿੱਥੋਂ ਉੱਡੀ ਸੀ ਉੱਥੇ ਆ ਗਈ ਆ ਗਿਆ ਲੱਗਦਾ ਇਹਦਾ ਮੈਨੂੰ ਤੇ ਮਿੱਤਰੋ ਗੱਲ ਚੱਕਰ ਹੁਣ ਇਹ ਪੈ ਗਿਆ ਹਨੇਰਾ ਹੋ ਗਿਆ
ਅੱਜ ਪਤੰਗ ਸਾਡੇ ਵੱਡੇ ਵਾਵਾ ਗਏ ਪਹਿਲਾਂ ਤਾਂ ਉਹ ਡੋਰ ਕਰਕੇ ਇਸ ਡੋਰ ਨਾਲ ਤਾਂ ਦੋ ਹੀ ਵੱਡੇ ਗਏ ਹਨਾ ਹਾਂ ਉਹਨਾਂ ਦੇ ਵੱਡੇ ਬਗਾਨੇ ਪੁੱਤਾਂ ਨੇ ਬਈ ਵੱਡ ਕਿਉਂ ਮਾਰੇ ਯਾਰ ਬੁੱਚੂ ਯਾਰ ਗੁੰਜਣ ਲੱਗੀ ਕੋਈ ਨਾ ਮਿੱਤਰੋ ਹੁਣ ਲੋਹੜੀ ਦੇਖਦੇ ਆ ਜਾਂ ਫਿਰ ਜਿੱਦੇ ਟਾਈਮ ਜਿਹਾ ਲੱਗਿਆ ਤੂੰ ਚੜਾਇਆ ਕਰਾਂਗੇ ਹਾਂ ਡਰ ਹੈਗੀ ਆਪਣੇ ਕੋਲੇ ਵਾਧੂ ਆ ਜਾ ਬਈ ਮਿੱਤਰਾ ਉਹ ਵੇਖੋ ਗਾਇਸ ਕਿੱਧਰ ਦੀ ਜਾਂਦਾ ਬਹਿ ਗਿਆ ਮੈਂ ਫੜ ਲੂੰਗਾ ਇਹਨੂੰ ਆ ਦੇਖੋ ਗਾਈਸ ਕਿੱਥੇ ਜਾ ਰਿਹਾ ਆਪਣਾ ਪਤੰਗ ਇਹ ਨਹੀਂ ਨਿਕਲਦਾ ਹੁਣ ਮੁਸ਼ਕਲ ਹੈ ਮੁਸ਼ਕਲ ਮੁਸ਼ਕਲ ਕੋਈ ਨਹੀਂ ਕੋਠਾ ਟੱਪ ਕੇ ਕਿਉਂ ਨਾ ਜਾਣਾ ਪਵੇ ਐਂ ਤਾਂ ਪਾੜੋਗੇ ਤੁਸੀਂ ਯਾਰ ਵੇਖ ਲਓ ਗਾਈਸ ਪਤੰਗ ਤੁਸੀਂ ਆਪ ਅੰਦਾਜ਼ਾ ਲਗਾ ਲਓ ਵੀ ਇੱਕ ਬਨੇਰੇ ਜਿੱਡਾ ਹੀ ਆ ਬਨੇਰੇ ਜਿੱਡਾ ਟੋਪੀਆਂ ਮੇਰੇ ਪਾਈਆਂ ਬਸ ਬਾਕੀ ਪਾੜ ਪੂੜ ਗਈਆਂ ਆ ਗਈ ਆ ਮੇਰੀ ਇੱਕ ਬਾ ਕੋਠੇ ਦੇ ਹੋਣ ਗਿਆ ਲੈ ਮੇਰੇ ਹੱਥੀ ਪਾਉਂਗੇ ਯਾਰ ਤੁਸੀਂ ਪੂਰਨਾ ਦਾ ਹੋਊਗਾ ਕਿਵੇਂ ਤੂੰ ਲੈ ਜਾਣੀਆਂ ਦੋ ਦੋ ਪਾਈ ਫਿਰਦਾ ਏ ਇਹ ਚਾਰ